ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਬੇਸਿਕ ਕੰਪਿਊਟਰ ਵਿੱਚ ਕੀ ਸਿਖਾਉਣ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਅਸੀਂ ਨੋਟ ਕਰ ਲੈਂਦੇ ਹਾਂ, ਅੱਜ ਮੈਂ ਤੁਹਾਨੂੰ ਕੰਪਿਊਟਰ ਹੁੰਦਾ ਕੀ ਹੈ ਉਹਦੇ ਬਾਰੇ ਨੌਲੇਜ ਦੇਵਾਂਗਾ। ਨੈੱਟਵਰਕਿੰਗ ਬਾਰੇ ਨੌਲੇਜ ਦੇਵਾਂਗਾ। ਇਨਪੁੱਟ ਆਊਟਪੁੱਟ ਡਿਵਾਈਸਿਸ, ਵਾਇਰਸ ਬਾਰੇ ਨੌਲੇਜ ਦੇਵਾਂਗਾ, ਰੈਮ, ਪ੍ਰੋਸੈਸਰਸ, ਸੀਪੀਯੂ। ਜੋ ਸਾਡੇ ਅੱਜ ਦੇ ਇਹ ਪੰਜ ਟੋਪਿਕਸ ਨੇ ਜਿਨ੍ਹਾਂ 'ਤੇ ਮੈਂ ਤੁਹਾਨੂੰ ਲਰਨਿੰਗ ਕਰਵਾਵਾਂਗਾ। ਤੁਸੀਂ ਸਟੈਪ ਬਾਏ ਸਟੈਪ ਆਪਣੀ ਕਾਪੀ 'ਤੇ, ਅਗਰ ਤੁਸੀਂ ਆਪਣੇ ਕੰਪਿਊਟਰ 'ਤੇ ਵਰਕ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਟਾਈਪ ਵੀ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਮਾਇੰਡ ਵਿੱਚ ਵੀ ਰੱਖ ਸਕਦੇ ਹੋ। ਸੋ ਫਸਟ ਆਫ ਆਲ ਅਸੀਂ ਵਟ ਇਜ਼ ਕੰਪਿਊਟਰ ਕਰਾਂਗੇ ਕਿ ਕੰਪਿਊਟਰ ਹੁੰਦਾ ਕੀ ਆ। ਕੰਪਿਊਟਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਕੰਪਿਊਟਰ ਇੱਕ ਇਲੈਕਟ੍ਰੋਨਿਕਸ ਡਿਵਾਈਸ ਹੈ। ਕੰਪਿਊਟਰ ਇਲੈਕਟ੍ਰੋਨਿਕ ਡਿਵਾਈਸ ਹੁੰਦੀ ਹੈ ਜੋ ਕਿ ਸਟੋਰ ਕਰਦੀ ਹੈ, ਰਿਟਰੀਵ ਕਰਦੀ ਹੈ ਅਤੇ ਪ੍ਰੋਸੈਸ ਕਰਦੀ ਹੈ ਸਾਡੇ ਡਾਟਾ ਦਾ। ਡਾਟਾ ਕੀ ਹੁੰਦਾ ਆ? ਡਾਟਾ ਹੁੰਦਾ ਇੱਕ ਸੈੱਟ ਆਫ ਫਾਈਲ। ਤੁਹਾਨੂੰ ਮੈਂ ਐਗਜ਼ਾਮਪਲ ਦੇਣ ਲੱਗਾ ਹਾਂ, ਉਦਾਹਰਣ ਦੇਣ ਲੱਗਾ ਹਾਂ। ਹੁਣ ਜਿੱਦਾਂ ਅਸੀਂ ਕੋਈ ਫਾਈਲ ਬਣਾਉਂਦੇ ਹਾਂ, ਸਪੋਜ਼ ਤੁਸੀਂ ਕੋਈ ਆਪਣੀ ਪੇਂਟਿੰਗ ਦੀ ਅਸੀਂ ਫਾਈਲ ਬਣਾਈ ਸੀ, ਉਹ ਪੇਂਟਿੰਗ ਦੇ ਵਿੱਚ ਅਸੀਂ ਇੱਕ ਫਾਈਲ ਬਣਾਈ ਸੀ, ਲੋਗੋ ਬਣਾਇਆ ਸੀ, ਉਹ ਸਾਡੀ ਇੱਕ ਫਾਈਲ ਹੋ ਜਾਂਦੀ ਆ। ਅਸੀਂ ਜਿੰਨੀਆਂ ਵੀ ਫਾਈਲਾਂ ਬਣਾ ਲੈਂਦੇ ਹਾਂ ਕੰਪਿਊਟਰ ਦੇ ਵਿੱਚ, ਉਹਨਾਂ ਨੂੰ ਸਟੋਰ ਕਰਨਾ, ਉਹ ਇੱਕ ਸਾਡਾ ਜੋ ਸਾਡੀ ਫਾਈਲ ਆ ਉਹ ਸਾਡਾ ਇੱਕ ਡਾਟਾ ਆ, ਅਤੇ ਉਸਨੂੰ ਅਸੀਂ ਸਟੋਰ ਵੀ ਕਰ ਸਕਦੇ ਹਾਂ ਆਪਣੇ ਹੀ ਕੰਪਿਊਟਰ ਵਿੱਚ, ਰਿਟਰੀਵ ਵੀ ਕਰ ਸਕਦੇ ਹਾਂ, ਅਸੀਂ ਉਸਨੂੰ ਅਸੀਂ ਲੈ ਕੇ ਵੀ ਆ ਸਕਦੇ ਹਾਂ ਡਾਟਾ ਨੂੰ, ਜਿੱਦਾਂ ਡਾਊਨਲੋਡਿੰਗ ਕਰਦੇ ਹਾਂ ਅਸੀਂ। ਸੋ ਇਹ ਸਭ ਕੁਝ ਜੋ ਹੋ ਸਕਦਾ ਇੱਕ ਪ੍ਰੋਗਰਾਮਿੰਗ ਦੇ ਨਾਲ ਹੀ ਹੁੰਦੀ ਹੈ। ਪ੍ਰੋਗਰਾਮ ਦੀ ਇੰਸਟਰਕਸ਼ਨ ਦੀਆਂ ਹਦਾਇਤਾਂ ਹੁੰਦੀਆਂ ਨੇ ਉਹਦੇ ਵਿੱਚ ਕੁਝ, ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੁੰਦਾ, ਡਾਟਾ ਨੂੰ ਸਟੋਰ ਕਰਨਾ, ਰਿਟਰੀਵ ਕਰਨਾ, ਡਾਟਾ ਦੇ ਉੱਪਰ ਪ੍ਰੋਸੈਸਿੰਗ ਕਰਨੀ, ਇਹ ਸਭ ਕੁਝ ਪ੍ਰੋਗਰਾਮਿੰਗ ਦੇ ਨਾਲ ਹੀ ਹੁੰਦਾ। ਇਹ ਕੰਪਿਊਟਰ ਹੈ ਕੰਪੋਜ਼ ਆਫ ਹਾਰਡਵੇਅਰ ਦਾ, ਇਹਦੇ ਵਿੱਚ ਕੁਝ ਹਾਰਡਵੇਅਰ ਦੇ ਐਂਡ ਸੋਫਟਵੇਅਰ ਦੇ ਕੁਝ ਪਾਰਟ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਵਰਕ ਕਰ ਸਕਦਾ। ਹੁਣ ਹਾਰਡਵੇਅਰ ਪਾਰਟ ਵਿੱਚ ਤੁਸੀਂ ਇੱਕ ਮੋਨੀਟਰ ਆ, ਔਰ ਸੈਕਿੰਡ ਐਗਜ਼ਾਮਪਲ ਮੋਨੀਟਰ ਹੋ ਗਿਆ, ਫਿਰ ਸੀਪੀਯੂ ਹੋ ਗਿਆ ਸਾਡਾ, ਇਹਦੇ ਵਿੱਚ ਕੀਬੋਰਡ ਹੋ ਗਿਆ, ਇੱਕ ਮਾਊਸ ਹੋ ਗਿਆ, ਇਹ ਸਭ ਕੁਝ, ਸਪੀਕਰ ਹੋ ਗਏ, ਪ੍ਰਿੰਟਰ ਹੋ ਗਏ, ਇਹ ਸਾਰੇ ਹੀ ਸਾਡੇ ਹਾਰਡਵੇਅਰ ਆ ਜੋ ਕਿ ਕੰਪਿਊਟਰ ਦੇ ਪਾਰਟ ਨੇ, ਜਿਨ੍ਹਾਂ ਦੇ ਨਾਲ ਅਸੀਂ ਕੰਪਿਊਟਰ ਦੇ ਨਾਲ ਇਹਨਾਂ ਸਭ ਕੁਝ ਦੇ ਨਾਲ ਅਸੀਂ ਵਰਕਿੰਗ ਕਰ ਸਕਦੇ ਹਾਂ। ਅਤੇ ਸੋਫਟਵੇਅਰ ਕੀ ਹੁੰਦਾ? ਸੋਫਟਵੇਅਰ ਇੱਕ ਸੈੱਟ ਆਫ ਐਪਲੀਕੇਸ਼ਨ ਹੁੰਦੀ ਆ। ਹੁਣ ਸਪੋਜ਼ ਕਰੋ ਜਿਹੜਾ ਪੇਂਟ ਅਸੀਂ ਯੂਜ਼ ਕੀਤਾ ਸੀ ਜਾਂ ਅਸੀਂ ਪੇਂਟ ਯੂਜ਼ ਕਰਨਾ ਹੈਗੇ, ਉਹਦੇ ਵਿੱਚ ਜੋ ਅਸੀਂ ਪੇਂਟਿੰਗ ਦੀ ਹੈਲਪ ਦੇ ਨਾਲ ਅਸੀਂ ਵਰਕ ਕਰਦੇ ਹਾਂ, ਕਰਾਂਗੇ ਜਾਂ ਕਰਦੇ ਹਾਂ, ਸੋ ਉਹਦੇ ਵਿੱਚ ਅਸੀਂ ਟੂਲ ਯੂਜ਼ ਕਰਦੇ ਹਾਂ, ਉਹ ਸਭ ਕੁਝ ਵਰਕ ਜਿਹੜਾ ਉਹ ਸੋਫਟਵੇਅਰ ਦੇ ਨਾਲ ਹੀ ਹੋ ਸਕਦਾ, ਜਿਹੜਾ ਕਿ ਐਗਜ਼ਿਸਟ ਕਰਦਾ ਇੱਕ ਵੈਰਾਇਟੀ ਆਫ ਸਾਈਜ਼ ਐਂਡ ਕੋਨਫਿਗਰੇਸ਼ਨ ਦੇ ਨਾਲ। ਸੋ ਨੈਕਸਟ, ਹਾਰਡਵੇਅਰ ਐਂਡ ਸੋਫਟਵੇਅਰ। ਹਾਰਡਵੇਅਰ ਜਿੱਦਾਂ ਤੁਹਾਨੂੰ ਮੈਂ ਨੋਲੇਜ ਦੇ ਦਿੱਤੀ ਆ, ਸੀਪੀਯੂ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹਦੀ ਫੁੱਲ ਫੋਰਮ ਹੈ। ਦੀ ਟਰਮ ਹਾਰਡਵੇਅਰ ਰੈਫਰ ਟੂ ਦੀ ਫਿਜ਼ੀਕਲ ਕੰਪੋਨੈਂਟ ਆਫ ਯੂਅਰ ਕੰਪਿਊਟਰ। ਇਹ ਜਿਹੜਾ ਹਾਰਡਵੇਅਰ ਹੁੰਦਾ ਇੱਕ ਫਿਜ਼ੀਕਲ ਕੰਪੋਨੈਂਟ, ਮਤਲਬ ਕਿ ਭਾਗ ਹੁੰਦਾ ਸਾਡਾ ਕੰਪਿਊਟਰ ਦਾ ਭਾਗ ਹੁੰਦਾ ਆ। ਸੱਚ ਆ, ਜਿਵੇਂ ਇੱਕ ਸਿਸਟਮ ਯੂਨਿਟ ਹੋ ਗਿਆ ਸਾਡਾ, ਜਿੱਦਾਂ ਕਿ ਤੁਹਾਨੂੰ ਮੈਂ ਐਕਸਪਲੇਨ ਕਰ ਹੀ ਦਿੱਤਾ ਪਹਿਲਾਂ ਵੀ, ਮਾਊਸ ਹੋ ਗਿਆ, ਕੀਬੋਰਡ ਹੋ ਗਿਆ, ਮੋਨੀਟਰ ਹੋ ਗਿਆ, ਐਕਸੈਟਰਾ। ਇਹਨਾਂ ਤੋਂ ਇਲਾਵਾ ਸੋਫਟਵੇਅਰ ਇਜ਼ ਦੀ ਇੰਸਟਰਕਸ਼ਨ ਦੈਟ ਮੇਕ ਦੀ ਕੰਪਿਊਟਰ ਵਰਕ। ਇੱਕ ਸੋਫਟਵੇਅਰ ਆ ਜਿਹੜਾ ਇੱਕ ਇੰਸਟਰਕਸ਼ਨ ਹੁੰਦੀ ਆ, ਜੋ ਵੀ ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਇਹ ਕੰਮ ਕਰਾਵਾਂਗੇ, ਕੰਪਿਊਟਰ ਕੋਲ ਜੋ ਅਸੀਂ ਕੰਮ ਕਰਾਉਂਦੇ ਹਾਂ, ਇੱਕ ਸੋਫਟਵੇਅਰ ਦੀ ਹੈਲਪ ਦੇ ਨਾਲ ਜੋ ਅਸੀਂ ਕੰਮ ਕਰਵਾਉਂਦੇ ਹਾਂ ਕੰਪਿਊਟਰ ਕੋਲੋਂ,
ਸੋਫਟਵੇਅਰ ਇਜ਼ ਹੈਲਡ ਆਈਦਰ ਔਨ ਯੂਅਰ ਕੰਪਿਊਟਰ, ਜਿਹੜਾ ਸੋਫਟਵੇਅਰ ਹੁੰਦਾ ਉਹ ਤੁਹਾਡੇ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਵੀ ਹੋ ਸਕਦਾ, ਸੀ ਡੀ ਰੋਮ ਵਿੱਚ ਵੀ ਅਸੀਂ ਹੋ ਸਕਦਾ, ਡੀ ਵੀ ਡੀ ਵਿੱਚ ਵੀ ਹੋ ਸਕਦਾ, ਫਲੋਪੀ ਡਿਸਕ ਵਿੱਚ ਵੀ ਹੋ ਸਕਦਾ, ਜਾਂ ਤੁਸੀਂ ਲੋਡਡ ਵੀ ਕਰ ਸਕਦੇ ਹੋ ਫਰੋਮ ਦੀ ਡਿਸਕ ਇੰਟੂ ਦੀ ਕੰਪਿਊਟਰ ਰੈਮ, ਰੈਂਡਮ ਅਸੈਸ ਮੈਮਰੀ ਐਂਡ ਵੈਨ ਰਿਕੁਆਇਰ। ਇਹ ਸੋਫਟਵੇਅਰ ਨੂੰ ਤੁਸੀਂ ਜਿਹੜਾ ਆ ਰਿਕੁਆਇਰ, ਮਤਲਬ ਕਿ ਕੁਝ ਅਸੀਂ ਲੈ ਲੈਣਾ ਇਹਨਾਂ ਡਿਸਕਾਂ ਦੇ ਵਿੱਚੋਂ, ਕੁਝ ਅਸੀਂ ਰਿਟਰੀਵ ਕਰ ਲੈਣਾ, ਜਾਂ ਰਿਕੁਆਇਰ ਮਤਲਬ ਕਿ ਮੰਗ ਲੈਣਾ ਕਿ ਸਾਨੂੰ ਇਹ ਚੀਜ਼ ਹੈ ਜਿਹੜੀ ਚਾਹੀਦੀ ਆ ਡਿਸਕ ਦੇ ਵਿੱਚੋਂ। ਰੈਮ ਦੀ ਜੋ ਇਨਫੋਰਮੇਸ਼ਨ ਆ ਤੁਹਾਨੂੰ ਮੈਂ ਅੱਗੇ ਜਾ ਕੇ ਐਕਸਪਲੇਨ ਕਰਾਂਗਾ। ਸੋ ਨੈਕਸਟ, ਹਾਰਡਵੇਅਰ ਕੰਪੋਨੈਂਟ, ਇਨਪੁੱਟ ਡਿਵਾਈਸ, ਆਊਟਪੁੱਟ ਡਿਵਾਈਸ। ਇਹ ਹਾਰਡਵੇਅਰ ਦੇ ਕੰਪੋਨੈਂਟ ਨੇ ਜਿਨ੍ਹਾਂ ਦੇ ਵਿੱਚ ਇਨਪੁੱਟ ਡਿਵਾਈਸਿਸ ਹੁੰਦੀਆਂ ਨੇ, ਆਊਟਪੁੱਟ ਡਿਵਾਈਸਿਸ ਹੁੰਦੀਆਂ ਨੇ। ਇਨਪੁੱਟ ਡਿਵਾਈਸਿਸ ਕੀ ਹੁੰਦੀ ਆ, ਹਾਊ ਟੂ ਟੈਲ ਇਟ ਵਟ ਟੂ ਡੂ। ਉਹ ਕਹਿ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਆ ਇਹ ਕੰਮ ਜਿਹੜਾ ਉਹ ਕਰੇਗਾ, ਕਿਹੜੀ ਚੀਜ਼ ਕਿਹੜੀ ਕਿੱਦਾਂ ਕੰਮ ਕਰਦੀ ਆ। ਹੁਣ ਜਿੱਦਾਂ ਇੱਕ ਤੁਹਾਨੂੰ ਐਕਸਪਲੇਨ ਕਰਦਾ, ਇਹ ਕੀਬੋਰਡ ਐਂਡ ਮਾਊਸ ਆਰ ਦੀ ਸਟੈਂਡਰਡ ਵੇ ਟੂ ਇੰਟਰੈਕਟ ਵਿਦ ਦੀ ਕੰਪਿਊਟਰ। ਅਦਰ ਡਿਵਾਈਸ ਇਨਕਲੂਡ ਜੁਐਸਟਿਕ ਐਂਡ ਗੇਮ ਪੈਡ ਯੂਜ ਪ੍ਰਾਈਮਰਲੀ ਫਾਰ ਗੇਮਸ। ਕੀਬੋਰਡ ਹੋ ਗਿਆ, ਇੱਕ ਮਾਊਸ ਹੋ ਗਿਆ, ਜਿਹੜਾ ਕਿ ਸਟੈਂਡਰਡ ਵੇ ਹੈ, ਜਿਹੜਾ ਕਿ ਇੰਟਰੈਕਟ ਹੁੰਦਾ ਸਾਡੇ ਕੰਪਿਊਟਰ ਦੇ ਨਾਲ। ਜਿਵੇਂ ਕਿ ਅਸੀਂ ਕੁਝ ਟਾਈਪ ਕਰਦੇ ਹਾਂ, ਅਸੀਂ ਕੋਈ ਐਪਲੀਕੇਸ਼ਨ ਜਾਂ ਅਸੀਂ ਕੋਈ ਫੋਰਮ ਔਨਲਾਈਨ ਫਿਲ ਕਰਦੇ ਹਾਂ, ਜਾਂ ਕੁਝ ਵੀ ਅਸੀਂ ਟਾਈਪ ਕਰਦਾ, ਆਪਣੇ ਨਾਮ ਹੀ ਟਾਈਪ ਕਰਦੇ ਹਾਂ, ਕੁਝ ਵੀ ਐਨੀਥਿੰਗ ਹੋ ਸਕਦਾ ਉਹਦੇ ਵਿੱਚ, ਜੋ ਕਿ ਅਸੀਂ ਟਾਈਪਿੰਗ ਕਰਦੇ ਹਾਂ ਉਹ ਅਸੀਂ ਕੀਬੋਰਡ ਦੀ ਮਦਦ ਦੇ ਨਾਲ ਕਰਦੇ ਹਾਂ। ਅਤੇ ਜਦੋਂ ਅਸੀਂ ਉਹਨੂੰ ਕਲਿੱਕਿੰਗ ਕਰਦੇ ਹਾਂ ਜਾਂ ਡਬਲ ਕਲਿੱਕਿੰਗ ਕਰਦੇ ਹਾਂ, ਮਾਊਸ ਓਵਰ ਕਰਦੇ ਹਾਂ, ਲੀਜ਼ ਕਰਦੇ ਹਾਂ, ਇਹ ਸਭ ਕੁਝ ਅਸੀਂ ਮਦਦ ਹੈਲਪ ਆਫ ਮਾਊਸ। ਅਦਰ ਡਿਵਾਈਸਿਸ ਜਿਹੜੀਆਂ ਹੁੰਦੀਆਂ ਨੇ, ਜਿੱਦਾਂ ਜੁਐਸਟਿਕ ਹੋ ਗਈ, ਇੱਕ ਗੇਮ ਪੈਡ, ਜਿੱਦਾਂ ਕਿ ਕਾਫੀ ਬੱਚੇ ਨੇ ਜਾਂ ਤੁਸੀਂ ਜਿਹੜੇ ਕਿ ਗੇਮ ਪੈਡ ਹੁੰਦਾ ਆ ਉਹ ਯੂਜ਼ ਕਰਕੇ ਤੁਸੀਂ ਪ੍ਰਾਈਮਰੀ ਮਤਲਬ ਕਿ ਗੇਮਾਂ ਜਿਹੜੀਆਂ ਆ ਤੁਸੀਂ ਖੇਡ ਸਕਦੇ ਹੋ। ਜੁਐਸਟਿਕ ਵੀ ਇੱਕ ਇਨਪੁੱਟ ਡਿਵਾਈਸਿਸ ਹੁੰਦੀ ਹੈ ਜੋ ਕਿ ਹੁਣ ਬੰਦ ਹੋ ਚੁੱਕੀ ਆ ਮਾਰਕੀਟਿੰਗ ਵਿੱਚ। ਜੁਐਸਟਿਕ ਇੱਕ ਸਰਕਲ ਜਿਹਾ ਹੁੰਦਾ ਸੀ, ਇੱਕ ਬੋਲ ਹੁੰਦੀ ਸੀ ਜਿਹਨੂੰ ਅਸੀਂ ਜੁਐਸਟਿਕ ਸੀ ਜਿਹੜੀ ਉਹਦੇ ਉੱਤੇ ਮਾਊਸ ਕਰਦੇ ਸੀ ਆਪਣੀ ਫਿੰਗਰ ਨੂੰ, ਉਹ ਫਿੰਗਰ ਨੂੰ ਜਿੱਦਾਂ ਅਸੀਂ ਮੂਵ ਕਰਦੇ ਸੀ ਉਹ ਉਸ ਜਗ੍ਹਾ ਦੇ ਉੱਪਰ ਕੰਪਿਊਟਰ ਦੀ ਉਸ ਕੋਰਨਰ 'ਤੇ ਸਾਨੂੰ ਲੈ ਕੇ ਜਾਂਦੀ ਸੀ ਜੁਐਸਟਿਕ, ਜੋ ਕਿ ਹੁਣ ਬੰਦ ਹੋ ਚੁੱਕੀ ਹੈ। ਉਹਦੀ ਜਗ੍ਹਾ ਅੱਜ ਕੱਲ੍ਹ ਮਾਊਸ ਆ ਚੁੱਕਾ ਹੈ ਜੋ ਕਿ ਬਹੁਤ ਹੀ ਹੈਲਪਫੁੱਲ ਹੈ। ਆਊਟਪੁੱਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਹਾਊ ਇੱਟ ਸ਼ੋ ਯੂ ਵਟ ਇੱਟ ਇਜ਼ ਡੂਇੰਗ। ਕਹਿੰਦਾ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਆ ਸ਼ੋ ਕਰਵਾਉਣਾ ਚਾਹੁੰਦੇ ਹੋ, ਕਿਹੜੀ ਚੀਜ਼ ਨੂੰ ਕਿੱਦਾਂ ਤੁਸੀਂ ਸ਼ੋ ਕਰਵਾਉਣਾ ਚਾਹੁੰਦੇ ਹੋ ਕਿ ਅਤੇ ਕੀ ਕਰਨਾ ਹੈ ਤੁਸੀਂ। ਦੀ ਮੋਨੀਟਰ, ਜਿੱਦਾਂ ਹੁਣ ਅਸੀਂ ਕੋਈ ਸੋਫਟਵੇਅਰ ਆ ਜੋ ਅਸੀਂ ਟਾਈਪਿੰਗ ਕਰਦੇ ਹਾਂ ਉਹ ਅਸੀਂ ਦੇਖਣਾ ਵੀ ਚਾਹੁੰਦੇ ਹਾਂ ਕਿ ਜੋ ਅਸੀਂ ਟਾਈਪ ਕਰ ਰਹੇ ਹਾਂ ਅਸੀਂ ਕੋਈ ਗਲਤ ਤਾਂ ਨਹੀਂ ਕਰ ਰਹੇ, ਸਾਨੂੰ ਦੇਖਣ ਦੇ ਲਈ ਜੋ ਅਸੀਂ ਟਾਈਪ ਤਾਂ ਕਰ ਰਹੇ ਹਾਂ ਬਟ ਉਹ ਸਾਨੂੰ ਕਿਤੇ ਦੇਖਣਾ ਵੀ ਚਾਹੀਦਾ। ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ ਆਊਟਪੁੱਟ ਡਿਵਾਈਸਿਸ, ਜੋ ਕਿ ਸਾਡੀ ਐਲ ਸੀ ਡੀ ਸਕਰੀਨ ਹੋ ਗਈ, ਮੋਨੀਟਰ ਹੋ ਗਿਆ। ਇਜ਼ ਹਾਊ ਟੂ ਕੰਪਿਊਟਰ ਸੈਂਡ ਇਨਫੋਰਮੇਸ਼ਨ ਬੈਕ ਟੂ ਯੂ। ਉਹ ਕਹਿ ਰਿਹਾ ਕਿ ਜਿਹੜਾ ਮੋਨੀਟਰ ਹੈ ਉਹ ਕਿੱਦਾਂ ਕੰਪਿਊਟਰ 'ਤੇ ਜਿਹੜਾ ਸੈਂਡ ਕਰਦਾ ਇਨਫੋਰਮੇਸ਼ਨ ਬੈਕ ਟੂ ਯੂ, ਕਿ ਜਦੋਂ ਤੁਸੀਂ ਟਾਈਪ ਕਰਦੇ ਹੋ ਉਹ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੀ ਆ ਇਨਫੋਰਮੇਸ਼ਨ ਆ ਜੋ ਤੁਸੀਂ ਟਾਈਪ ਕਰਦੇ ਹੋ ਉਹ ਸਭ ਕੁਛ ਜਿਹੜਾ ਆ ਉਹ ਟਾਈਪ ਹੋ ਰਿਹਾ ਤੁਹਾਡੇ ਮੋਨੀਟਰ 'ਤੇ ਆ ਜਿਹੜਾ ਆ ਸ਼ੋ ਹੋ ਰਿਹਾ। ਇਹ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਹਾਂ। ਇਹ ਦੇਖੋ ਹੁਣ ਮੈਂ ਆਪਣਾ ਨਾਮ ਲਿਖਣ ਲੱਗਾ ਹਾਂ, ਇਹ ਦੇਖੋ ਮੈਂ ਥੋੜ੍ਹਾ ਸਾਈਜ਼ ਥੋੜ੍ਹਾ ਜਿਹਾ ਵੱਡਾ ਕਰ ਦਿੰਦਾ ਹਾਂ ਜਾਂ ਤੁਹਾਨੂੰ ਕਲੀਅਰ ਹੋ ਸਕੇ। ਇਹ ਦੇਖੋ ਹੁਣ ਮੈਂ ਆਪਣੇ ਕੀਬੋਰਡ ਤੋਂ ਆਪਣਾ ਨਾਮ ਟਾਈਪ ਕਰ ਰਿਹਾ, ਐਸ ਟਾਈਪ ਕੀਤਾ ਮੈਂ, ਉਹ ਨਾਲ ਹੀ ਸਾਨੂੰ ਸ਼ੋ ਹੋ ਰਿਹਾ, ਯੂ ਕੀਤਾ ਮੈਂ, ਕੇ ਕੀਤਾ, ਐਚ। ਇਹ ਸਭ ਕੁਛ ਜੋ ਅਸੀਂ ਸ਼ੋ ਕਰ ਰਹੇ ਹਾਂ ਅਸੀਂ ਆਪਣੀ ਇਨਪੁੱਟ ਡਿਵਾਈਸ ਤੋਂ ਕਰ ਰਹੇ ਹਾਂ, ਅਸੀਂ ਇਨਪੁੱਟ ਡਿਵਾਈਸ ਤੋਂ ਕਰ ਰਹੇ ਹਾਂ ਕੀਬੋਰਡ ਤੋਂ, ਬਟ ਜੋ ਸ਼ੋ ਹੋ ਰਿਹਾ ਇਹ ਸਾਡੀ ਆਊਟਪੁੱਟ ਸਾਨੂੰ ਮਿਲ ਰਹੀ ਹੈ ਕਿ ਜੋ ਤੁਸੀਂ ਟਾਈਪ ਕਰ ਰਹੇ ਹੋ ਉਹ ਤੁਹਾਨੂੰ ਸਭ ਕੁਛ ਜਿਹੜਾ ਆ ਤੁਹਾਡੀ ਸਕਰੀਨ 'ਤੇ ਜਿਹੜਾ ਆ ਉਹ ਸ਼ੋ ਹੋ ਰਿਹਾ। ਸੋ ਇਹ ਸੀ ਸਾਡੀ ਇਨਪੁੱਟ ਡਿਵਾਈਸ ਦੀ ਵਰਕਿੰਗ ਔਰ ਆਊਟਪੁੱਟ ਡਿਵਾਈਸਿਸ ਦੀ ਵਰਕਿੰਗ। ਸੋ ਨੈਕਸਟ, ਹਾਰਡਵੇਅਰ ਦੇ ਕੰਪੋਨੈਂਟ ਆ ਗਏ ਨੇ, ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਹਾਂ ਇਨਪੁੱਟ ਡਿਵਾਈਸ ਵਿੱਚ ਕਿਹੜੇ ਕਿਹੜੇ ਹੁੰਦੇ ਨੇ। ਇੱਕ ਮਾਊਸ ਆ ਗਿਆ ਸਾਡਾ,
ਕੀਬੋਰਡ ਆ ਗਿਆ, ਟਰੈਕਰ ਬੈਲ, ਟਰੈਕਰ ਬਾਲ ਤੁਹਾਨੂੰ ਮੈਂ ਐਕਸਪਲੇਨ ਕਰ ਹੀ ਚੁੱਕਾ ਹਾਂ, ਇਹ ਵੀ ਜੁਐਸਟਿੰਗ ਵਾਂਗ ਵਰਕਿੰਗ ਕਰਦੀ ਆ। ਮਾਊਸ ਜਿਹੜਾ ਕਿ ਯੂਜ ਕੀਤਾ ਜਾਂਦਾ, ਜਿਹੜਾ ਕਿ ਡਰਾਈਵ ਹੁੰਦਾ ਮਾਈਕਰੋਸੋਫਟ ਵਿੰਡੋ। ਮਾਊਸ ਦੀ ਹੈਲਪ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਕਲਿੱਕਿੰਗ ਕਰ ਸਕਦੇ ਹਾਂ, ਡਬਲ ਕਲਿੱਕਿੰਗ ਕਰ ਸਕਦੇ ਹਾਂ, ਮਾਊਸ ਓਵਰ ਕਰ ਸਕਦੇ ਹਾਂ, ਲੀਜ਼ ਕਰ ਸਕਦੇ ਹਾਂ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਸੀਂ ਮਾਊ ਜਿਹੜਾ ਹੈ ਮੂਵ ਕਰ ਸਕਦੇ ਹਾਂ। ਇਹ ਇੱਕ ਹਾਰਡ ਡਰਾਈਵ ਹੈ, ਜਿਹੜਾ ਕਿ ਡਰਾਈਵ ਹੁੰਦਾ ਸਾਡੇ ਕੰਪਿਊਟਰ ਦਾ, ਮਾਈਕਰੋਸੋਫਟ ਵਿੰਡੋ ਦਾ ਇੱਕ ਪਾਰਟ ਹੀ ਹੋ ਗਿਆ ਸਮਝ ਲਓ ਤੁਸੀਂ। ਕੀਬੋਰਡ ਦੀ ਕੀਬੋਰਡ ਇਜ ਸਟਿਲ ਦੀ ਕੋਮੈਨਸ ਵੇ ਆਫ ਐਂਟਰਿੰਗ ਇਨਫੋਰਮੇਸ਼ਨ ਇਨ ਟੂ ਏ ਕੰਪਿਊਟਰ। ਜਿਹੜਾ ਕੀਬੋਰਡ ਹੈ ਇੱਕ ਸਟਿਲ ਹੁੰਦਾ, ਕਮਨਸਟ ਵੇ ਹੁੰਦਾ ਐਂਟਰ ਕਰਨ ਦਾ, ਕਿ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਕੰਪਿਊਟਰ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹਾਂ ਉਹ ਕੋਈ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਜੋ ਅਸੀਂ ਟਾਈਪ ਕਰ ਰਹੇ ਹਾਂ। ਟਰੈਕਰ ਬਾਲ ਇਹ ਅਲਟਰਨੇਟਿਵ ਟੂ ਦੀ ਟਰੈਡੀਸ਼ਨਲ ਮਾਊਸ ਐਂਡ ਆਫਟਨ ਯੂਜ ਬਾਈ ਗ੍ਰਾਫਿਕ ਡਿਜ਼ਾਈਨਰ। ਜਿਹੜੀ ਟਰੈਕਰ ਬਾਲ ਹੁੰਦੀ ਸੀ ਉਹ ਮੋਸਟਲੀ ਜਿਹੜੀ ਯੂਜ਼ ਹੁੰਦੀ ਸੀ, ਬਹੁਤ ਵਾਰੀ ਯੂਜ਼ ਕਰਦੇ ਸੀ ਉਹ ਗ੍ਰਾਫਿਕ ਡਿਜ਼ਾਈਨਰ ਸੀ ਜਿਹੜੇ ਉਹ ਯੂਜ਼ ਕਰਦੇ ਸੀ ਇਸ ਨੂੰ। ਨੈਕਸਟ ਇਨਪੁੱਟ ਡਿਵਾਈਸਿਸ ਆ ਗਈ। ਇਨਪੁੱਟ ਡਿਵਾਈਸ ਵਿੱਚ ਇੱਕ ਸਕੈਨਰ ਦੀ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਦੇਣ ਲੱਗਾ ਹਾਂ। ਤੁਸੀਂ ਕਿਸੇ ਸ਼ੋਪ 'ਤੇ ਜਾ ਰਹੇ ਹੋ, ਤੁਸੀਂ ਕੋਈ ਫੋਰਮ ਫਿਲ ਕਰਦੇ ਹੋ ਜਾਂ ਆਪਣੀ ਆਧਾਰ ਕਾਰਡ ਹੋ ਗਿਆ, ਸ਼ਨਾਖਤੀ ਕਾਰਡ ਹੋ ਗਿਆ, ਐਕਸੈਟਰਾ, ਤੁਸੀਂ ਉਹਨੂੰ ਕਹਿੰਦੇ ਹੋ ਕਿ ਸਾਨੂੰ ਇਸ ਦੀ ਸਕੈਨਿੰਗ ਕਾਪੀ ਚਾਹੀਦੀ ਹੈ ਜੋ ਕਿ ਅਸੀਂ ਇਸ ਬੈਂਕ ਵਿੱਚ ਜਿਹੜੀ ਹੈ ਈਮੇਲ ਸੈਂਡ ਕਰਨੀ ਹੈ। ਜੋ ਸ਼ੋਪਿੰਗ ਵਾਲਾ ਹੁੰਦਾ ਉਹ ਕਰਦਾ ਕੀ ਹੈ, ਤੁਹਾਡੇ ਕੋਲੋਂ ਕਾਪੀ ਲੈ ਲੈਂਦਾ, ਉਹ ਸਕੈਨ ਕਰਦਾ। ਸੋ ਸਕੈਨ ਜਿਹੜਾ ਹੈ ਕਰਦਾ ਆ ਉਹ ਇਨਪੁੱਟ ਦਿੰਦਾ ਆ ਕੰਪਿਊਟਰ ਨੂੰ, ਕੰਪਿਊਟਰ ਜਿਹੜਾ ਆ ਇਹ ਸਕੈਨ ਜਿਹੜਾ ਆਗਿਆ ਦਿੰਦਾ ਤੁਹਾਨੂੰ, ਜਿਹੜਾ ਕਿ ਸਕੈਨ ਕਰਦਾ ਪ੍ਰਿੰਟਡ ਮਟੀਰੀਅਲ ਜੋ ਵੀ ਉਹਦੇ ਵਿੱਚ ਤੁਸੀਂ ਰੱਖੋਗੇ, ਕੋਈ ਸ਼ਨਾਖਤੀ ਕਾਰਡ ਰੱਖੋਗੇ, ਆਧਾਰ ਕਾਰਡ ਰੱਖੋਗੇ, ਐਕਸੈਟਰਾ, ਉਹ ਜਿਹੜਾ ਉਹਨੂੰ ਪ੍ਰਿੰਟ ਕਰ ਲੈਂਦਾ ਉਸਦੇ ਜੋ ਵੀ ਉਹਦੇ ਵਿੱਚ ਰੱਖਿਆ ਹੁੰਦਾ ਅਤੇ ਕਨਵਰਟ ਕਰ ਦਿੰਦਾ ਉਸਦੀ ਫਾਈਲ ਫੋਰਮੈਟ ਨੂੰ। ਮੇ ਬੀ ਯੂਜ਼ ਹੁੰਦਾ ਵਿਦ ਇਨ ਦੀ PC ਅਤੇ ਜੋ ਕਿ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ PC ਦੇ ਅੰਦਰ। ਸੋ ਇਹ ਸੀ ਸਾਡਾ ਸਕੈਨਰ ਦਾ ਵਰਕਿੰਗ। ਟੱਚ ਪੈਡ ਇੱਕ ਡਿਵਾਈਸ ਦੈਟ ਲੇ ਓਨ ਦੀ ਡੈਸਕਟੋਪ ਐ ਰਿਸਪੋਂਡ ਟੂ ਪ੍ਰੀਜ਼ਰ। ਇੱਕ ਡਿਵਾਈਸ ਹੁੰਦੀ ਆ ਜੋ ਕਿ ਤੁਸੀਂ ਟੱਚ ਵੀ ਕਰਕੇ ਉਹਦੇ ਤੋਂ ਜਿਹੜੀ ਹੈ ਜੋ ਤੁਸੀਂ ਟੱਚ ਕਰੋਗੇ ਉਹ ਤੁਹਾਡੀ ਜਿਹੜੀ ਮੋਨੀਟਰ ਦੀ ਜਾਂ ਤੁਹਾਡੀ ਸਕਰੀਨ 'ਤੇ ਆ ਉਹ ਸਭ ਕੁਝ ਜਿਹੜਾ ਆ ਉਹ ਸ਼ੋਅ ਹੋਈ ਜਾਂਦਾ ਆ। ਇਹ ਟੱਚ ਪੈਡ ਦਾ ਵਰਕਿੰਗ ਆ ਜੋ ਇਹ ਸਾਡੇ ਸਾਇੰਟਿਸਟ ਜਿਹੜੇ ਆ ਉਹ ਯੂਜ਼ ਕਰਦੇ ਨੇ। ਇੱਕ ਸਾਡੇ ਕੋਲ ਹੁੰਦਾ ਲਾਈਟ ਪੈਨ, ਯੂਜ਼ ਕੀਤਾ ਜਾਂਦਾ ਅਲਾਓ ਯੂਜ਼ਰ ਟੂ ਪੁਆਇੰਟ ਟੂ ਏਰੀਆ ਔਨ ਏ ਸਕਰੀਨ। ਇਹ ਯੂਜ਼ ਕੀਤਾ ਜਾਂਦਾ ਜਿਸ ਵੀ ਜਗ੍ਹਾ 'ਤੇ ਤੁਸੀਂ ਕਲਿੱਕ ਕਰੋਗੇ। ਵੈਸੇ ਅਸੀਂ ਮਾਊਸ ਦੀ ਹੈਲਪ ਦੇ ਨਾਲ ਹੀ ਸਭ ਕੁਝ ਕਰਦੇ ਹਾਂ, ਬਟ ਅਗਰ ਤੁਸੀਂ ਲਾਈਟ ਪੈਨ ਜਿਹੜੇ ਕਿ ਜ਼ਿਆਦਾ ਯੂਜ਼ ਕਰਦੇ ਨੇ ਗ੍ਰਾਫਿਕ ਡਿਜ਼ਾਈਨਰ ਹੁੰਦੇ ਨੇ, 3D 2D 2D ਥਰੀ ਡਿਮੈਂਸ਼ਨਲ ਜੋ ਵੀ ਗ੍ਰਾਫਿਕਸ ਬਣਦੀਆਂ ਨੇ, ਮੂਵੀਜ਼ ਬਣਦੀਆਂ ਨੇ, ਉਹ ਯੂਜ਼ ਕਰਦੇ ਨੇ ਲਾਈਟ ਪੈਨ। ਜੁਐਸਟਿਕ ਆ ਗਈ, ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਜੁਐਸਟਿਕ ਬਾਰੇ, ਮੈਨੀ ਗੇਮਸ ਰਿਕੁਆਇਰ ਇਹ ਜੁਐਸਟਿਕ ਫਾਰ ਦੀ ਪ੍ਰੋਪਰ ਪਲੇਇੰਗ ਫਾਰ ਦੀ ਗੇਮ। ਜਿੱਦਾਂ ਕਿ ਤੁਹਾਨੂੰ ਮੈਂ ਇੱਕ ਸਮਝਾਇਆ ਸੀ, ਇੱਕ ਦੀ ਵਿੱਚ ਬੋਲ ਹੁੰਦੀ ਹੈ, ਇੱਕ ਬੋਲ ਹੁੰਦੀ ਹੈ, ਜਿੱਦਾਂ ਵੀ ਤੁਸੀਂ ਇਹਨੂੰ ਮੂਵ ਕਰੀ ਜਾਓਗੇ ਵਰਕ ਕਰਦੀ ਆ ਪ੍ਰੋਪਰ ਪਲੇਇੰਗ ਦੀ ਗੇਮ, ਗੇਮ ਖੇਡਣ ਦੇ ਲਈ। ਜਿੱਦਾਂ ਹੁਣ ਤੁਸੀਂ ਸਪੋਜ਼ ਕਰੋ ਇਹਦੇ ਵਿੱਚ ਤੁਸੀਂ ਗੇਮ ਖੇਡਣਾ ਚਾਹੁੰਦੇ ਹੋ, ਤੁਸੀਂ ਜਿਹੜੀ ਵੀ ਸਾਈਡ ਨੂੰ ਮੂਵ ਕਰੋਗੇ ਉਧਰਲੀ ਸਾਈਡ ਨੂੰ ਤੁਹਾਡੀ, ਮੈਂ ਐਗਜ਼ਾਮਪਲ ਲੈਣ ਲੱਗਾ ਹਾਂ, ਇੱਕ ਕਾਰ ਗੇਮ ਤੁਸੀਂ ਖੇਡ ਰਹੇ ਹੋ, ਤੁਸੀਂ ਲੈਫਟ ਰਾਈਟ ਬੈਕ ਗੋ ਇਹ ਸਭ ਕੁਝ ਜੋ ਆ ਉਹਦੇ ਵਿੱਚ ਤੁਸੀਂ ਵਰਕ ਕਰ ਸਕਦੇ ਹੋ ਜੁਐਸਟਿਕ ਦੇ ਨਾਲ। ਹਾਰਡਵੇਅਰ ਕੰਪੋਨੈਂਟ ਆ ਗਿਆ। ਹਾਰਡਵੇਅਰ ਕੰਪੋਨੈਂਟ ਵਿੱਚ VDU ਵਿਜ਼ੂਅਲ ਡਿਸਪਲੇ ਯੂਨਿਟ ਦੀ ਕੰਪਿਊਟਰ ਸਕਰੀਨ ਹੈ, ਇਹ ਯੂਜ ਫਾਰ ਆਊਟਪੁੱਟਿੰਗ ਇਨਫੋਰਮੇਸ਼ਨ ਇਨ ਅੰਡਰਸਟੈਂਡ ਫੋਰਮੈਟ। ਜਿਹੜੀ ਕੰਪਿਊਟਰ ਦੀ ਸਕਰੀਨ ਆ ਜਿਹੜੀ ਯੂਜ਼ ਕੀਤੀ ਜਾਂਦੀ ਆ ਸਾਨੂੰ ਆਊਟਪੁੱਟ ਆ ਜਿਹੜੀ ਉਹ ਸ਼ੋਅ ਕਰਦੀ ਆ ਜੋ ਵੀ ਅਸੀਂ ਟਾਈਪ ਕਰਦੇ ਹਾਂ। ਪ੍ਰਿੰਟਰ ਦੇਅਰ ਆਰ ਮੈਨੀ ਡਿਫਰੈਂਟ ਟਾਈਪ ਆਫ ਪ੍ਰਿੰਟਰ, ਇੱਥੇ ਬਹੁਤ ਹੀ ਸਾਰੇ ਪ੍ਰਿੰਟਰ ਆ ਜਿਹੜੇ ਟਾਈਪਸ ਆ। ਹੁਣ ਐਗਜ਼ਾਮਪਲ ਦੇਖੋ, ਤੁਸੀਂ ਕੁਝ ਫੋਟੋ ਸਟੇਟ ਕਰਵਾਉਣ ਜਾਂਦੇ ਹੋ ਤੁਸੀਂ, ਜਾਂ ਤੁਸੀਂ ਕੁਝ ਵੀ ਜਿਹੜੀ ਚੀਜ਼ ਆ ਤੁਸੀਂ ਸਕੈਨਿੰਗ ਕਰਵਾਈ ਆ, ਤੁਸੀਂ ਕਹਿੰਦੇ ਨਹੀਂ ਸਾਨੂੰ ਪ੍ਰਿੰਟਿੰਗ ਵੀ ਇਹਦੀ ਕੱਢ ਕੇ ਦਿਓ ਇੱਕ ਪੇਜ 'ਤੇ। ਸੋ ਉਹ ਜਿਹੜਾ ਸ਼ੋਪਿੰਗ ਵਾਲਾ ਹੁੰਦਾ ਉਹ ਕੀ ਯੂਜ਼ ਕਰਦਾ, ਉਹ ਪ੍ਰਿੰਟਰ ਯੂਜ਼ ਕਰਦਾ ਆ ਜਿਹਦੇ ਵਿੱਚੋਂ ਸਾਨੂੰ ਇੱਕ ਪੇਜ ਆ A4 ਸਾਈਜ਼ ਦਾ ਤੁਹਾਨੂੰ ਪੇਜ ਆ, ਜਾਂ ਇਸ ਤੋਂ ਵੱਧ ਜਿਹੜਾ ਪੇਜ ਆ A7 ਹੋ ਸਕਦਾ,
ਉਹ ਤੁਹਾਨੂੰ ਜਿਹੜਾ ਆ ਪ੍ਰਿੰਟ ਆਊਟ ਕੰਪਿਊਟਰ ਦੀ ਹੈਲਪ ਦੇ ਨਾਲ ਕੱਢ ਕੇ ਦੇ ਦਿੰਦਾ ਆ। ਇਨ ਲਾਰਜ ਔਰਗੇਨਾਈਜੇਸ਼ਨ ਲੇਜ਼ਰ ਪ੍ਰਿੰਟਰ ਆਰ ਮੋਸਟ ਕਾਮਨਲੀ ਯੂਜ਼। ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ, ਸੰਸਥਾ ਹੁੰਦੀਆਂ ਨੇ, ਉਹ ਲੇਜ਼ਰ ਪ੍ਰਿੰਟਰ ਆ ਜਿਹੜੇ ਮੋਸਟ ਕਾਮਨਲੀ ਯੂਜ਼ ਕਰਦੀਆਂ ਨੇ। ਦੇ ਪ੍ਰਿੰਟ ਵੈਰੀ ਫਾਸਟ, ਕਿਉਂਕਿ ਇਸਦਾ ਜਿਹੜਾ ਪ੍ਰਿੰਟ ਹੁੰਦਾ ਆ ਬਹੁਤ ਹੀ ਫਾਸਟ ਹੁੰਦਾ ਐਂਡ ਗਿਵ ਏ ਵੈਰੀ ਹਾਈ ਕੁਆਲਿਟੀ ਆਊਟਪੁੱਟ। ਇਹ ਬਹੁਤ ਹੀ ਹਾਈ ਕੁਆਲਿਟੀ ਦੀ ਜਿਹੜੀ ਆ ਤੁਹਾਨੂੰ ਆਊਟਪੁੱਟ ਦਿੰਦਾ। ਐਗਜ਼ਾਮਪਲ, ਇੱਕ ਪਾਸਪੋਰਟ ਫੋਟੋ ਤੁਸੀਂ ਬਣਾਉਂਦੇ ਹੋ, ਉਹ ਜਿਹੜੀ ਪ੍ਰਿੰਟਿੰਗ ਹੁੰਦੀ ਆ ਉਹ ਵੀ ਲੇਜ਼ਰ ਪ੍ਰਿੰਟਿੰਗ ਦੀ ਹੈਲਪ ਦੇ ਨਾਲ ਆ ਜਿਹੜੀ ਉਹ ਨਿਕਲਦੀ ਆ। ਉਹਦੀ ਕੁਆਲਿਟੀ ਦੇਖੋ ਤੁਸੀਂ ਕਿੰਨੀ ਵਧੀਆ ਹੁੰਦੀ ਆ ਪਾਸਪੋਰਟ ਸਾਈਜ਼ ਫੋਟੋ ਦੀ, ਜਾਂ ਐਨੀ ਆਊਟਪੁੱਟ ਡਿਵਾਈਸਿਸ। ਪਲੋਟਰ ਆ ਗਿਆ ਸਾਡੇ ਕੋਲ, ਸਪੀਕਰ ਆ ਗਿਆ, ਸਪੀਕ ਸਿਨੈਥਿਸ ਆ ਗਿਆ ਸਾਡੇ ਕੋਲ, ਸਨੀਜ਼ਰ, ਪਲੋਟਰ। ਪਲੋਟਰ ਇੱਕ ਆਊਟਪੁੱਟ ਡਿਵਾਈਸ ਹੈ ਸਿਮਿਲਰ ਟੂ ਏ ਪ੍ਰਿੰਟਰ ਬਟ ਨੋਰਮਲੀ ਅਲਾਊਡ ਟੂ ਪ੍ਰਿੰਟ ਲਾਰਜ ਇਮੇਜ। ਜਿਹੜਾ ਪਲੋਟਰ ਹੁੰਦਾ ਹੈ ਇਹ ਇੱਕ ਆਊਟਪੁੱਟ ਡਿਵਾਈਸ ਹੈ ਜੋ ਕਿ ਵੱਡੀਆਂ ਵੱਡੇ, ਹੁਣ ਤੁਸੀਂ ਰੋਡ 'ਤੇ ਦੇਖਦੇ ਹੋ ਕਿੱਡੇ ਕਿੱਡੇ ਵੱਡੇ ਫਲੈਕਸ ਬੋਰਡ ਲੱਗੇ ਹੁੰਦੇ ਨੇ, ਬੈਨਰ ਲੱਗੇ ਹੁੰਦੇ ਨੇ, ਉਹ ਕਿਹਦੇ ਵਿੱਚੋਂ ਪ੍ਰਿੰਟਿੰਗ ਨਿਕਲਦੇ ਨੇ, ਉਹ ਸਾਰੇ ਹੀ ਯੂਜ਼ ਕਰਦੇ ਨੇ ਪਲੋਟਰ। ਸਪੀਕਰ, ਤੁਸੀਂ ਆਪਣੇ ਇੰਜੋਇਮੈਂਟ ਵਾਸਤੇ ਆਪਣੇ ਕੰਪਿਊਟਰ ਦੇ ਨਾਲ ਕੁਝ ਵੂਫਰ ਲਗਾਏ ਹੁੰਦੇ ਨੇ। ਸੋ ਇਹ ਸਾਰਾ ਹੀ ਵਰਕ ਹੈ ਜੋ ਤੁਸੀਂ ਕੋਈ ਵੀ ਸੌਂਗ ਪਲੇ ਕਰਦੇ ਹੋ ਉਹਦੀ ਜੋ ਵੋਲੀਊਮ ਕਰਦੇ ਹੋ, ਤੁਸੀਂ ਜੋ ਉਹਦੀ ਲਿਸਨਿੰਗ ਸੁਣਦੇ ਹੋ, ਉਹ ਸਾਰੀ ਜਿਹੜੀ ਉਹ ਸਪੀਕਰ ਦੇ ਵਿੱਚੋਂ ਪ੍ਰੋਵਾਈਡ ਹੁੰਦੀ ਆ। ਸਪੀਕ ਸਨੇਜ਼ ਗਿਵ ਯੂ ਟੂ ਅਬਿਲਿਟੀ ਟੂ ਨੋਟ ਓਨਲੀ ਟੂ ਡਿਸਪਲੇ ਟੈਕਸਟ ਔਨ ਏ ਮੋਨੀਟਰ ਬਟ ਆਲਸੋ ਰੀਡ ਦੀ ਟੈਕਸਟ ਟੂ ਯੂ। ਕਿ ਤੁਹਾਨੂੰ ਜਿਹੜੀ ਯੋਗਤਾ ਦਿੰਦਾ ਆ ਉਹ ਸਿਰਫ ਡਿਸਪਲੇ ਹੀ ਨਹੀਂ ਕਰਦਾ ਟੈਕਸਟ ਔਨ ਏ ਮੋਨੀਟਰ 'ਤੇ ਬਟ ਉਹ ਤੁਹਾਨੂੰ ਰੀਡ ਵੀ ਕਰਦਾ ਆ ਟੈਕਸਟ ਟੂ ਯੂ 'ਤੇ। ਜਿੱਦਾਂ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਣ ਲੱਗਾ ਹਾਂ, ਇੱਕ ਏ ਟੀ ਐੱਮ, ਤੁਸੀਂ ਇੱਕ ਏ ਟੀ ਐੱਮ ਵਿੱਚ ਜਾਂਦੇ ਹੋ, ਉਹ ਤੁਹਾਨੂੰ ਤੁਸੀਂ ਪ੍ਰੈੱਸ ਕਰਦੇ ਹੋ, ਉਹ ਫਿਰ ਕੁਝ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨੇ ਜਿੱਦਾਂ ਐਚ ਡੀ ਐੱਫ ਸੀ ਨੇ ਲਿਖਾਇਆ ਹੋਇਆ ਏ ਟੀ ਐੱਮ, ਉਹ ਤੁਸੀਂ ਕੁਝ ਟਾਈਪ ਕਰਦੇ ਹੋ 'ਤੇ, ਸੋ ਉਹ ਤੁਹਾਨੂੰ ਨਾਲ ਦੀ ਨਾਲ ਜਿਹੜਾ ਉਹ ਟੈਕਸਟ ਵੀ ਅਪਲਾਈ ਕਰਦਾ ਆ ਅਤੇ ਉਹ ਬਾਅਦ ਵਿੱਚ ਤੁਹਾਨੂੰ ਸਪੀਕ ਵੀ ਕਰਦਾ, ਲਿਸਨਿੰਗ ਵੀ ਕਰ ਦਿੰਦਾ ਆ, ਉਹ ਡਿਸਪਲੇ ਵੀ ਕਰਦਾ ਇਨਫੋਰਮੇਸ਼ਨ, ਉਹ ਰੀਡ ਵੀ ਕਰ ਲੈਂਦਾ ਆ। ਸਟੋਰੇਜ ਡਿਵਾਈਸ, ਸਟੋਰੇਜ ਡਿਵਾਈਸ ਵੀ ਇੱਕ ਸਾਡਾ ਜਿਹੜਾ ਕੰਪੋਨੈਂਟ ਹੈ ਕੰਪਿਊਟਰ ਦਾ, ਕਿ ਹਾਓ ਇੱਟ ਸੇਵ ਡਾਟਾ ਐਂਡ ਪ੍ਰੋਗਰਾਮ। ਉਹ ਕਹਿ ਰਿਹਾ ਕਿ ਕਿੱਦਾਂ ਤੁਸੀਂ ਜਿਹੜਾ ਡਾਟਾ ਆ ਉਹ ਸੇਵ ਕਰ ਸਕਦੇ ਹੋ ਅਤੇ ਪ੍ਰੋਗਰਾਮ। ਹਾਰਡ ਡਿਸਕ ਡਰਾਈਵ ਆਰ ਏ ਇੰਟਰਨਲ ਹਾਈ ਕਪੈਸਿਟੀ ਡਰਾਈਵ ਵਿੱਚ ਆਲਸੋ ਸਟੋਰ ਦੀ ਓਪਰੇਟਿੰਗ ਸਿਸਟਮ ਵਿੱਚ ਰਨ ਵੈਨ ਯੂ ਪਾਵਰ ਔਨ ਦੀ ਕੰਪਿਊਟਰ। ਕਹਿ ਰਿਹਾ ਕਿ ਜੋ ਵੀ ਤੁਸੀਂ ਡਾਟਾ ਜਿਹੜਾ ਆ ਸੇਵ ਕਰਨਾ ਚਾਹੁੰਦੇ ਹੋ, ਸਪੋਜ਼ ਕਰੋ ਤੁਸੀਂ ਇੱਕ ਫਾਈਲ ਬਣਾ ਲਈ ਹੈ, ਤੁਸੀਂ ਕੁਝ ਫੋਟੋਆਂ ਬਣਾ ਲਈਆਂ ਨੇ, ਕੁਝ ਈਮੇਲਸ ਬਣਾ ਲਈਆਂ ਨੇ, ਕੁਝ ਪ੍ਰੈਜੈਂਟੇਸ਼ਨਾਂ ਬਣਾ ਲਈਆਂ ਨੇ, ਉਹ ਤੁਸੀਂ ਕਹਿੰਦੇ ਹੋ ਨਹੀਂ ਅਸੀਂ ਇਹ ਸੇਵ ਕਰਕੇ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ, ਸੋ ਉਹਦੇ ਵਾਸਤੇ ਸਾਡੇ ਕੋਲ ਇੱਕ ਡਿਵਾਈਸ ਹੁੰਦੀ ਹੈ ਜਿਹਨੂੰ ਅਸੀਂ ਸਟੋਰੇਜ ਡਿਵਾਈਸ ਕਹਿ ਦਿੰਦੇ ਹਾਂ। ਉਹਦੇ ਵਿੱਚ ਅਸੀਂ ਹਾਰਡ ਡਿਸਕ, ਜੋ ਕਿ ਸਾਡੀ ਹਾਰਡ ਡਿਸਕ ਹੁੰਦੀ ਆ ਉਹ ਇੰਟਰਨਲੀ ਵੀ ਹੋ ਸਕਦੀ ਆ, ਜਿਹੜੀ ਕਿ ਹਾਈ ਕਪੈਸਿਟੀ ਡਰਾਈਵ ਹੈ ਜਿਹੜੀ ਕਿ ਸਟੋਰ ਕਰਦੀ ਆ ਓਪਰੇਟਿੰਗ ਸਿਸਟਮ ਜਿਹੜਾ ਕਿ ਰਨ ਹੁੰਦਾ ਜੋ ਤੁਸੀਂ ਕੰਪਿਊਟਰ ਨੂੰ ਔਨ ਕਰਦੇ ਹੋ, ਉਦੋਂ ਹੀ ਉਹਦੀ ਵਰਕਿੰਗ ਆ ਜਿਹੜੀ ਉਹ ਸਟਾਰਟ ਹੋ ਜਾਂਦੀ ਆ, ਜੋ ਸਾਰਾ ਹੀ ਡਾਟਾ ਆ ਜੋ ਸਾਡਾ ਸੀ ਡੀ ਈ ਐਕਸੈਟਰਾ ਜੋ ਵੀ ਤੁਸੀਂ ਡਰਾਈਵ ਬਣਾਈਆਂ ਹੁੰਦੀਆਂ ਨੇ, ਉਸ ਜੋ ਵੀ ਡਾਟਾ ਸਟੋਰ ਹੁੰਦਾ ਉਹ ਸਾਡਾ ਸਟੋਰੇਜ ਡਿਵਾਈਸ ਹਾਰਡ ਡਿਸਕ ਦੇ ਵਿੱਚ ਹੁੰਦਾ। ਫਲੋਪੀ ਡਿਸਕ ਡਰਾਈਵ ਅਲਾਓ ਯੂ ਟੂ ਸੇਵ ਵਰਕ ਔਨ ਸਮਾਲ ਡਿਸਕ ਐਂਡ ਟੇਕ ਦੀ ਡਾਟਾ ਵਿਦ ਯੂ। ਫਲੋਪੀ ਡਿਸਕ ਡਰਾਈਵ ਹੈ ਜਿਹੜੀ ਉਹ ਤੁਹਾਨੂੰ ਅਲਾਓ ਕਰਦੀ ਆ ਕਿ ਤੁਸੀਂ ਕਿੱਦਾਂ ਆ ਜਿਹੜਾ ਆ ਕੰਮ ਹੈ ਇੱਕ ਛੋਟੀ ਡਿਸਕ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਹਾਰਡਵੇਅਰ ਕੰਪੋਨੈਂਟ ਹਾਰਡ ਡਿਸਕ, ਇਹਦੀ ਸਪੀਡ ਵੈਰੀ ਫਾਸਟ, ਵੈਰੀ ਬਹੁਤ ਤੇਜ਼ੀ ਦੇ ਨਾਲ ਤੁਸੀਂ ਜਿਹੜਾ ਡਾਟਾ ਆ ਉਹ ਇਹਦੇ ਵਿੱਚ ਸੇਵ ਕਰ ਸਕਦੇ ਹੋ। ਜਿਹੜੀ ਸਪੀਡ ਹੈ ਹਾਰਡ ਡਿਸਕ ਦੀ ਉਹ ਬਹੁਤ ਹੀ ਜ਼ਿਆਦਾ ਕੋਟਡ ਹੈ ਐਜ਼ ਐਵਰੇਜ ਅਸੈਸ ਟਾਈਮ। ਜਿੰਨਾ ਵੀ ਤੁਸੀਂ ਹੁਣ ਕੋਈ ਡਾਟਾ ਆ, ਤੁਸੀਂ 500 MB ਡਾਟਾ ਆ ਜਿਹੜਾ ਤੁਸੀਂ ਆਪਣੀ ਪੈਨ ਡਰਾਈਵ ਤੋਂ ਜਾਂ ਆਪਣੇ CD ਤੋਂ ਤੁਸੀਂ ਆਪਣੇ CD ਡਰਾਈਵ ਦੇ ਵਿੱਚ ਕਰ ਰਹੇ ਹੋ ਸਟੋਰ, ਸੋ ਜਿੰਨੀ ਤੁਹਾਡੀ ਰੈਮ ਦੀ ਰੈਂਡਮ ਅਸੈਸ ਮੈਮਰੀ ਆ ਉਹਦੀ ਸਪੀਡ ਆ, ਜਾਂ ਤੁਹਾਡੇ ਮਾਈਕਰੋਸੋਫਟ ਪ੍ਰੋਸੈਸਰ ਆ ਤੁਹਾਡਾ ਉਹ ਕਿੰਨੀ ਸਪੀਡ ਦੇ ਨਾਲ ਵਰਕ ਕਰ ਰਿਹਾ, ਕਿੰਨੀ ਸਪੀਡ ਦੇ ਨਾਲ ਤੁਹਾਡਾ ਡਾਟਾ ਆ ਜਿਹੜਾ ਮਿਲੀ ਸੈਕਿੰਡਾਂ ਵਿੱਚ ਆ ਜਿਹੜਾ
ਉਹ ਜਿਹੜਾ ਸਟੋਰ ਹੋ ਜਾਂਦਾ, ਕਿੰਨੀ ਸਪੀਡ ਦੇ ਨਾਲ ਹੋ ਜਾਂਦਾ ਉਹ। ਦਿਸ ਸਮੋਲਰ ਦਿਸ ਨੰਬਰ ਆਫ ਫਾਸਟਰ ਦੀ ਡਿਸਕ, ਇਹਦੇ ਵਿੱਚ ਕੁਝ ਛੋਟੇ ਛੋਟੇ ਨੰਬਰ ਵੀ ਹੁੰਦੇ ਨੇ ਦੀ ਫਾਸਟਰ ਜਿਹੜੀ ਡਿਸਕ ਹੁੰਦੀ ਆ, ਕੈਪੈਸਿਟੀ ਇਨੋਰਮਸ ਆਫਟਨ 40 ਐਂਡ 80 GB। ਇਹ GB ਇਜ਼ ਇਕੁਐਲੈਂਟ ਟੂ 10 GB ਮੈਗਾਬਿਟ। 1 GB ਜਿਹੜਾ ਡਾਟਾ ਹੁੰਦਾ ਆ ਉਹ 1024 MB ਦਾ ਜਿਹੜਾ ਡਾਟਾ ਆ ਉਹ 1 GB ਬਣਦਾ ਆ। ਕੋਸਟ ਹਾਰਡ ਡਿਸਕ ਕੋਸਟ ਜਿਹੜੀ ਆਰ ਫਾਲਿੰਗ ਰਿਪੀਡਲੀ ਐਂਡ ਨੋਰਮਲੀ ਰਿਪ੍ਰੈਜੈਂਟ ਦੀ ਚੀਪੈਸਟ ਵੇ ਆਫ ਸਟੋਰਿੰਗ ਡਾਟਾ। ਹਾਰਡ ਡਿਸਕ ਜਿਹੜੀ ਕੀਮਤ ਆ ਜਿਹੜੀ ਕਾਫੀ ਘੱਟ ਹੋ ਮਿਲ ਜਾਂਦੀ ਹੈ ਤੁਹਾਨੂੰ। ਹੁਣ 40 GB ਹਾਰਡ ਡਿਸਕ ਆ ਜਿਹੜੀ ਉਹ ਤੁਹਾਨੂੰ 500 ਰੁਪਈਏ ਵਿੱਚ ਵੀ ਜਿਹੜੀ ਮਿਲ ਜਾਂਦੀ ਆ, ਜਿਹੜੀ ਕਿ ਕਾਫੀ ਸਸਤੀ ਹੈ ਸਾਡੇ, ਜਿਹੜੀ ਕਿ ਸਟੋਰ ਕਰਦੀ ਹੈ ਕਾਫੀ ਡਾਟਾ ਨੂੰ। ਸੀ ਡੀ ਰੋਮ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ ਡਿਸਕ ਸਪੀਡ ਮੰਚ ਸਲੋਅਰ ਦੈਨ ਹਾਰਡ ਡਿਸਕ ਦੀ ਓਰਿਜਨਲ ਸੀ ਡੀ ਰੋਮ ਪੇਸ਼ੀਅਨ ਇਜ਼ ਗਿਵਨ ਏ ਵੈਲਿਊ ਆਫ 1x ਸਪੀਡ ਐਂਡ ਲੇਟਰ ਫਾਸਟਰ ਸੀ ਡੀ ਰੋਮਸ ਆਰ ਕੋਟਡ ਐਜ ਮਲਟੀਪਲ ਆਫ ਦੀ ਵੈਲਿਊ। ਜੋ ਸੀ ਡੀ ਰੋਮ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ ਡਿਸਕ ਹੁੰਦੀ ਹੈ ਸਾਡੀ, ਜਿਹਦੇ ਵਿੱਚ ਅਸੀਂ ਸੌਂਗ ਕੁਝ ਵੀਡੀਓ ਜਿਹੜੀਆਂ ਸਟੋਰ ਕਰਕੇ ਰੱਖੀਆਂ ਹੁੰਦੀਆਂ ਨੇ ਉਸਨੂੰ ਅਸੀਂ ਆਪਣੀ DVD ਵਿੱਚ CD ਵਿੱਚ ਕੰਪਿਊਟਰ ਵਿੱਚ ਲੈਪਟੋਪ ਵਿੱਚ ਜੋ ਅਸੀਂ ਉਹਦੇ ਵਿੱਚ ਡਾਟਾ ਸਟੋਰ ਕੀਤਾ ਹੁੰਦਾ ਉਹ ਅਸੀਂ ਸਿਰਫ ਰੀਡ ਕਰ ਸਕਦੇ ਹਾਂ, ਕੁਝ ਉਹਦੇ ਵਿੱਚ ਐਡੀਟਿੰਗ ਹੈ ਜਿਹੜੀ ਉਹ ਅਸੀਂ ਨਹੀਂ ਕਰ ਸਕਦੇ। ਇਹ ਸਾਡੀ ਰੀਡ ਓਨਲੀ ਮੈਮਰੀ ਡਿਸਕ ਜਿਹਨੂੰ ਅਸੀਂ ਫੁੱਲ ਫੋਰਮ ਜਿਹੜੀ ਅਸੀਂ ਕਹਿ ਦਿੰਦੇ ਹਾਂ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਕੈਪੈਸਿਟੀ ਅਰਾਊਂਡ 650 MB ਜੋ ਐਂਡ ਮੋਰ। ਜੋ ਸਾਡੀ CD ਦੀ ਕਪੈਸਿਟੀ ਹੁੰਦੀ ਆ ਉਹ 650 MB ਦੀ ਹੁੰਦੀ ਹੈ ਅਤੇ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। DVD ਡਰਾਈਵ ਇਸ ਸਪੀਡ ਹੈ ਜਿਹੜੀ ਮੰਚ ਫਾਸਟਰ ਦੈਨ ਜਿਹੜੀ CD ROM ਡਰਾਈਵ ਬਟ ਨੋਟ ਐਜ ਫਾਸਟ ਐਜ ਹਾਰਡ ਡਿਸਕ। ਜੋ ਸਾਡੀ DVD ਹੈ ਡਿਜੀਟਲ ਵੀਡੀਓ ਡਿਵਾਈਸ ਜਿਹੜੀ ਆ ਬਹੁਤ ਹੀ ਜ਼ਿਆਦਾ ਸਪੀਡ ਹੁੰਦੀ ਹੈ ਇਹਦੀ CD ਦੇ ਨਾਲੋਂ ਡਰਾਈਵ, ਬਟ ਇਹਦੀ ਸਪੀਡ ਹੈ ਜਿਹੜੀ ਘੱਟ ਹੁੰਦੀ ਹੈ ਸਾਡੀ ਹਾਰਡ ਡਿਸਕ ਦੇ ਨਾਲੋਂ। ਕੈਪੈਸਿਟੀ ਇਹਦੀ ਅਪ ਟੂ 17 GB ਤੱਕ ਹੋ ਸਕਦੀ ਆ। ਇਹਦੀ ਕੋਸਟ ਹੈ ਜਿਹੜੀ ਕਾਫੀ ਘੱਟ ਹੁੰਦੀ ਆ, CD ROM ਤੋਂ ਜ਼ਿਆਦਾ ਹੁੰਦੀ ਹੈ ਅਤੇ ਹਾਰਡ ਡਿਸਕ ਤੋਂ ਜਿਹੜੀ ਆ ਉਹ CD ਇਹਦੀ ਕਪੈਸਿਟੀ ਜੋ ਕੋਸਟ ਆ ਉਹਦੀ ਘੱਟ ਹੁੰਦੀ ਆ। ਮਾਰਕੀਟਿੰਗ ਵਿੱਚ 15 ਰੁਪਈਏ ਤੋਂ ਜਿਹੜੀ ਡਿਸਕ ਆ DVD ਦੀ ਉਹ ਜਿਹੜੀ ਆ ਅਵੇਲੇਬਲ ਆ। ਮੇਨ ਪਾਰਟ ਆਫ ਕੰਪਿਊਟਰ ਮੈਮਰੀ, ਕਿੱਦਾਂ ਜੋ ਅਸੀਂ ਪ੍ਰੋਸੈਸਰ ਜੋ ਡਾਟਾ ਅਸੀਂ ਪ੍ਰੋਸੈਸਰ ਜਿਹੜਾ ਸਟੋਰ ਕਰਦਾ ਅਤੇ ਯੂਜ਼ ਕਰਦਾ ਇਮੀਡੀਏਟ ਡਾਟਾ, ਕਿ ਕਿੱਦਾਂ ਜਿਹੜੀ ਪ੍ਰੋਸੈਸਿੰਗ ਕਰਦੀ ਹੈ ਜੋ ਡਾਟਾ ਅਸੀਂ ਸਟੋਰ ਕਰਦੇ ਹਾਂ ਉਹ ਕਿੱਦਾਂ ਪ੍ਰੋਸੈਸ ਕਰਦਾ। ਰੈਂਡਮ ਅਸੈਸ ਮੈਮਰੀ ਦੀ ਮੇਨ ਵਰਕਿੰਗ ਮੈਮਰੀ ਯੂਜ਼ ਬਾਏ ਦੀ ਕੰਪਿਊਟਰ, ਇੱਕ ਮੇਨ ਕੰਮ ਹੁੰਦਾ ਮੈਮਰੀ ਦਾ ਜਿਹੜੀ ਕਿ ਯੂਜ਼ ਕੀਤੀ ਜਾਂਦੀ ਹੈ ਕੰਪਿਊਟਰ ਦੇ ਵੱਲੋਂ। ਵੈਨ ਦੀ ਓਪਰੇਟਿੰਗ ਸਿਸਟਮ ਲੋਡ ਫਰੋਮ ਡਿਸਕ, ਜਦੋਂ ਕੋਈ ਵੀ ਓਪਰੇਟਿੰਗ ਸਿਸਟਮ ਹੈ ਕੁਝ ਵੀ ਲੋਡ ਕਰਦਾ ਆ ਫਰੋਮ ਡਿਸਕ ਤੋਂ, ਮੈਂ ਜਦੋਂ ਤੁਸੀਂ ਫਸਟ ਸਵਿੱਚ ਔਨ ਦੀ ਕੰਪਿਊਟਰ, ਤੁਸੀਂ ਜਦੋਂ ਸਵਿੱਚ ਕਰਦੇ ਹੋ ਔਨ ਕਰਦੇ ਹੋ ਆਪਣੇ ਕੰਪਿਊਟਰ ਦਾ, ਇਟ ਇਜ਼ ਕਾਪੀ ਇਨ ਟੂ ਰੈਮ। ਸੋ ਇਹ ਸਭ ਕੁਛ ਜਿਹੜਾ ਆ ਇਹ ਰੈਮ ਦੇ ਅੰਦਰ ਜਿਹੜਾ ਆ ਕਾਪੀ ਹੋ ਜਾਂਦਾ। ਰੈਮ ਜਿਹੜੀ ਉਹ ਦੇਖ ਲੈਂਦੀ ਹੈ ਕਿ ਇੱਕ ਡਾਟਾ ਆ ਜਿਹੜਾ ਕਿੰਨਾ ਆ, ਕਿੰਨੇ MB ਦਾ ਡਾਟਾ, ਕਿੰਨੇ KB ਦਾ ਡਾਟਾ, ਕਿੰਨੇ GB ਦਾ ਡਾਟਾ, ਉਹਨੂੰ ਕਾਪੀ ਕਰਕੇ ਉਹਨੂੰ ਰੈਂਡਮ ਜਿਹੜੀ ਅਸੈਸ ਕਰਦੀ ਆ ਉਹਦੇ ਤੱਕ ਪਹੁੰਚ ਜਾਂਦਾ ਹੈ, ਆਪਣੇ ਤੱਕ ਪਹੁੰਚ ਉਹਦੀ ਰੈਂਡਮ ਅਸੈਸ ਮੈਮਰੀ ਦੀ ਜਿਹੜੀ ਕਿ ਅਸੈਸ ਕਰਦੀ ਹੈ ਡਾਟਾ ਨੂੰ ਕਿ ਉਹ ਜਿਹੜਾ ਕੰਮ ਹੈ ਕਿੰਨੀ ਸਪੀਡ ਦੇ ਨਾਲ ਆ ਜਿਹੜਾ ਹੋ ਸਕਦਾ। ਐਜ਼ ਏ ਰਫ ਰੂਲ ਏ ਮਾਈਕਰੋਸੋਫਟ ਵਿੰਡੋ ਬੇਸ ਕੰਪਿਊਟਰ ਵਿਲ ਓਪਰੇਟ ਫਾਸਟਰ ਇਫ ਯੂ ਇੰਸਟਾਲ ਮੋਰ ਰੈਮ। ਮਾਈਕਰੋਸੋਫਟ ਵਿੰਡੋ ਜਿਹੜਾ ਕਿ ਬੇਸ ਹੈ ਕੰਪਿਊਟਰ ਦਾ ਜਿਹੜਾ ਕਿ ਓਪਰੇਟ ਕਰਦਾ ਹੈ ਫਾਸਟਰ ਇਫ ਜੇਕਰ ਤੁਸੀਂ ਇੰਸਟਾਲ ਕੀਤੀ ਹੋਈ ਆ ਰੈਂਡਮ ਅਸੈਸ ਮੈਮਰੀ। ਡਾਟਾ ਐਂਡ ਪ੍ਰੋਗਰਾਮ ਸਟੋਰ ਇਨ ਰੈਮ ਆਰ ਵੋਲਾਟਾਈਲ, ਦੈਟ ਇਜ਼ ਉਹ ਹੋ ਸਕਦੀ ਆ ਇਨਫੋਰਮੇਸ਼ਨ ਜਿਹੜੀ ਕਿ ਲੋਸ ਜਦੋਂ ਸਵਿੱਚ ਆਫ ਦੀ ਕੰਪਿਊਟਰ, ਜੋ ਤੁਸੀਂ ਜੋ ਡਾਟਾ ਹੁੰਦਾ ਆ ਅਗਰ ਤੁਸੀਂ ਉਹ ਸੇਵ ਨਹੀਂ ਕਰਦੇ ਤਾਂ ਉਹ ਤੁਹਾਡਾ ਜਿਹੜਾ ਗੁਆਚ ਵੀ ਸਕਦਾ, ਲੋਸਟ ਵੀ ਹੋ ਸਕਦਾ ਜਦੋਂ ਤੁਸੀਂ ਸਵਿੱਚ ਆਫ ਕਰ ਦਿੰਦੇ ਹੋ ਕੰਪਿਊਟਰ ਨੂੰ। ਇਸ ਕਰਕੇ ਅਸੀਂ ਜੋ ਵੀ ਡਾਟਾ ਆ ਉਹ ਨਾਲ ਦੀ ਨਾਲ ਸੇਵ ਅਸੀਂ ਕਰਦੇ ਹਾਂ। ਹਾਰਡਵੇਅਰ ਕੰਪੋਨੈਂਟ ਮੈਮਰੀ, ਰੀਡ ਓਨਲੀ ਮੈਮਰੀ, ਰੀਡ ਓਨਲੀ ਮੈਮਰੀ ਤੁਹਾਨੂੰ ਐਕਸਪਲੇਨ ਮੈਂ ਕਰ ਹੀ ਚੁੱਕਾ ਪਹਿਲਾਂ ਵੀ।
ਕਿ ਸਿਰਫ ਡਾਟਾ ਨੂੰ ਰੀਡ ਹੀ ਕਰਦੀ ਆ, ਉਹਨੂੰ ਸੇਵ ਨਹੀਂ ਕਰਦੀ, ਅਸੈਸ ਨਹੀਂ ਕਰ ਪਾਉਂਦੀ। ਐਜ਼ ਦੀ ਨੇਮ ਸੁਜੈਸਟ, ਇਟ ਇਜ਼ ਸਪੈਸ਼ਲ ਟਾਈਪ ਆਫ ਮੈਮਰੀ ਚਿਪ ਦੈਟ ਹੋਲਡ ਸੋਫਟਵੇਅਰ ਦੈਟ ਕੈਨ ਬੀ ਰੀਡ ਬਟ ਨੋ ਰਿਟਨ। ਜਿੱਦਾਂ ਕਿ ਸਾਨੂੰ ਨੇਮ ਤੋਂ ਹੀ ਜਿਹੜੀ ਆ ਉਹ ਸੁਜੈਸ਼ਨ ਮਿਲ ਗਈ, ਸੁਝਾਅ ਮਿਲ ਰਿਹਾ ਕਿ ਕੁਝ ਸਪੈਸ਼ਲ ਟਾਈਪ ਹੁੰਦੇ ਨੇ ਮੈਂਬਰੀ ਦੇ, ਮੈਂਬਰੀ ਚਿਪ ਦੇ, ਜਿਹੜੇ ਕਿ ਹੋਲਡ ਕਰ ਲੈਂਦੇ ਨੇ ਸਾਡੇ ਸੋਫਟਵੇਅਰ ਨੂੰ ਕਿ ਉਹ ਕਿੱਦਾਂ ਜਿਹੜਾ ਅਸੀਂ ਰੀਡ ਕਰਨਾ ਆ। ਬਟ ਕੁਝ ਵੀ ਜਿਹੜਾ ਆ ਰਿਟਰਨ ਨਹੀਂ ਅਸੀਂ ਕਰ ਸਕਦੇ, ਸਾਨੂੰ ਪਤਾ ਹੁੰਦਾ ਨਹੀਂ ਅਸੀਂ ਕਿੱਦਾਂ ਜਿਹੜੇ ਟੂਲ ਆ ਉਹ ਕਿੱਦਾਂ ਯੂਜ਼ ਕਰ ਸਕਦੇ ਹਾਂ ਅਸੀਂ, ਬਟ ਅਸੀਂ ਉਹਨਾਂ ਦੇ ਉੱਤੇ ਕੁਝ ਚੇਂਜਸ ਨਹੀਂ ਕਰ ਸਕਦੇ। ਸਿਰਫ ਰੀਡ ਕਰ ਸਕਦੀ ਹੈ ਮੈਂਬਰੀ, ਰੀਡ ਓਨਲੀ ਮੈਂਬਰੀ। ਇੱਕ ਗੁੱਡ ਐਗਜ਼ਾਮਪਲ ਹੈ ਇਜ਼ ਰੋਮ, ਰੀਡ ਓਨਲੀ ਮੈਂਬਰੀ ਬੇਸਿਕ ਇਨਪੁੱਟ ਆਊਟਪੁੱਟ ਸਿਸਟਮ ਚਿਪ ਬਾਇਓ ਸਿਸਟਮ ਹੁੰਦਾ ਹੈ ਸਾਡਾ। ਜਦੋਂ ਅਸੀਂ ਕੋਈ ਵੀ ਬੂਟਿੰਗ ਕਰ ਵਗੈਰਾ ਕਰਦੇ ਹਾਂ, ਵਿੰਡੋ ਇੰਸਟਾਲੇਸ਼ਨ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਹੈ ਉਹ ਬੇਸਿਕ ਇਨਪੁੱਟ ਆਊਟਪੁੱਟ ਸਿਸਟਮ ਦੀ ਜਿਹੜੀ ਚਿਪ ਹੈ ਉਹ ਸਟਾਰਟਿੰਗ ਹੁੰਦੀ ਹੈ ਉਹ ਤੋਂ, ਵਿੱਚ ਕੰਟਰੋਲਡ ਰੀਡ ਓਨਲੀ ਸੋਫਟਵੇਅਰ, ਜਿਹੜਾ ਕਿ ਰੀਡ ਹੁੰਦਾ ਸਿਰਫ ਸੋਫਟਵੇਅਰ, ਸੋਫਟਵੇਅਰ ਨੂੰ ਹੀ ਰੀਡ ਕਰਦੀ ਆ। ਆਫਟਰ ਨੈਟਵਰਕ ਕਾਰਡ ਐਂਡ ਵੀਡੀਓ ਕਾਰਡ ਆਲਸੋ ਕੰਟੇਨ ਰੀਡ ਓਨਲੀ ਮੈਮਰੀ ਚਿਪ। ਹਾਓ ਕੰਪਿਊਟਰ ਮੈਮਰੀ ਇਜ਼ ਮਾਇਆ, ਕਿੱਦਾਂ ਜਿਹੜਾ ਕੰਪਿਊਟਰ ਹੈ ਮੈਂਬਰੀ ਨੂੰ ਜਿਹੜਾ ਮਾਪ ਲੈਂਦਾ। ਸਭ ਤੋਂ ਪਹਿਲਾਂ ਇੱਕ ਸਾਡੇ ਕੋਲ ਬਿੱਟ ਹੁੰਦੀ ਆ, ਬਾਈਟ ਹੁੰਦੀ ਆ, ਕੇ ਬੀ ਹੁੰਦੀ ਆ, ਮੈਗਾਬਾਈਟ ਹੁੰਦੀ ਆ, ਗੀਗਾਬਾਈਟ ਹੁੰਦੀ ਆ, ਔਰ ਇੱਕ ਜੋ ਅੱਜ ਕੱਲ੍ਹ ਬਹੁਤ ਹੀ ਫੇਮਸ ਹੋ ਰਹੀ ਆ ਟੈਰਾਬਾਈਟ, ਜੋ ਕਿ ਇੰਨੀ ਅਵੇਲੇਬਲ ਨਹੀਂ ਆ, ਵੱਡੀਆਂ ਵੱਡੀਆਂ ਕੰਪਨੀਆਂ ਵਾਲੇ ਹੀ ਯੂਜ਼ ਕਰਦੇ ਨੇ। ਸੋ ਫਸਟ ਆਫ ਆਲ ਬਿੱਟ, ਆਲ ਕੰਪਿਊਟਰ ਵਰਕ ਔਨ ਏ ਬਾਈਨਰੀ ਨੰਬਰਿੰਗ ਸਿਸਟਮ, ਕੰਪਿਊਟਰ ਦਾ ਜੋ ਉਹ ਸਿਰਫ ਅੰਡਰਸਟੈਂਡਿੰਗ ਕਰ ਪੈਂਦਾ 0 and 1 ਨੰਬਰਿੰਗ ਸਿਸਟਮ। ਕੰਪਿਊਟਰ ਕੋਈ ਵੀ ਲੈਂਗੁਏਜ ਜਿਹੜਾ ਉਹ ਨਹੀਂ ਯੂਜ਼ ਕਰਦਾ, ਕੋਈ ਵੀ ਲੈਂਗੁਏਜ ਨੇ ਆ ਜਿਹੜਾ ਉਹ ਨੋਟ ਕਨੋ, ਕੋਈ ਵੀ ਕੰਪਿਊਟਰ ਲੈਂਗੁਏਜ ਜਿਹੜਾ ਉਹ ਯੂਜ਼ ਮਤਲਬ ਕਿ ਨਹੀਂ ਜਾਣਦਾ, ਲੈਂਗੁਏਜ ਕੋਈ ਨਹੀਂ ਜਾਣਦਾ, ਸਿਰਫ 0 and 1 ਬਾਈਨਰੀ ਨੰਬਰ ਸਿਸਟਮ ਨੂੰ ਹੀ ਉਹ ਜਾਣ ਪਾਉਂਦਾ ਆ। ਉਹ ਸਭ ਕੁਝ 0-1 ਨੰਬਰਿੰਗ ਦੇ ਨਾਲ ਹੀ ਕਨਵਰਟਿੰਗ ਹੁੰਦਾ ਹੈ ਡਾਟਾ ਕੰਪਿਊਟਰ ਦੇ ਵਿੱਚ। ਆਲ ਕੰਪਿਊਟਰ ਵਰਕ ਔਨ ਬਾਈਨਰੀ ਨੰਬਰ, ਜੋ ਵੀ ਅਸੀਂ ਕੰਪਿਊਟਰ ਦੇ ਵਿੱਚ ਵਰਕਿੰਗ ਕਰਦੇ ਹਾਂ ਉਹ ਸਿਰਫ 0 and 1 ਦੀ ਹੈਲਪਿੰਗ ਦੇ ਨਾਲ ਕੰਪਿਊਟਰ ਵਿੱਚ ਕਨਵਰਟ ਹੁੰਦਾ। ਦੇ ਪ੍ਰੋਸੈਸ ਡਾਟਾ ਔਨ 1 or 0, ਜਿਹੜਾ ਉਹ ਪ੍ਰੋਸੈਸ ਹੁੰਦਾ ਡਾਟਾ ਦਾ 0 and 1 ਦੇ ਨਾਲ ਹੁੰਦਾ। ਦਿਸ 1 or 0 ਲੈਵਲ ਸਟੋਰੇਜ ਇਜ਼ ਕਾਲਡ ਏ ਬਿੱਟ, ਜਿਹੜਾ ਇਹ ਨੰਬਰ ਹੁੰਦਾ 0 and 1 ਜਿਹਨੂੰ ਅਸੀਂ ਕਹਿੰਦੇ ਹਾਂ ਬਿੱਟ, ਬਾਈਟ, ਬਾਈਟ ਆ ਗਿਆ, ਬਾਈਟ ਕੰਸਿਸਟ ਆਫ 8 bits। ਜਿਹੜੀ ਬਾਈਟ ਹੁੰਦੀ ਆ ਨਾ ਸਾਡੀ, ਉਹ 8 bits ਦੀ ਇੱਕ ਬਾਈਟ ਬਣਦੀ ਆ, 8 bits ਦੀ ਇੱਕ ਬਾਈਟ ਬਣਦੀ ਆ, ਕਿਲੋਬਾਈਟ, ਕਿਲੋਬਾਈਟ ਆ ਜਿਹੜੀ ਉਹ ਕੰਸਿਸਟ ਕਰਦੀ ਆ 1024 bytes, 1024 bytes ਆ ਜਿਹੜੇ ਉਹਦੇ ਨਾਲ ਸਾਡੀ 1 KB ਬਣਦੀ ਆ, ਔਰ 1024 ਕਿਲੋਬਾਈਟ ਦੇ ਨਾਲ ਸਾਡੀ 1 MB ਬਣਦੀ ਆ, ਔਰ 1024 MB ਦੇ ਨਾਲ ਸਾਡੀ 1 GB ਬਣਦੀ ਆ, ਉਹ 1024 GB ਦੇ ਨਾਲ ਸਾਡੀ 1 TB ਬਣਦੀ ਆ। ਮਾਈਕਰੋ ਪ੍ਰੋਸੈਸਰ ਦੀ ਬ੍ਰੇਨ ਆਫ ਦੀ ਕੰਪਿਊਟਰ, ਜਿਹੜਾ ਮਾਈਕਰੋ ਪ੍ਰੋਸੈਸਰ ਹੈ ਉਹ ਦਿਮਾਗ ਹੁੰਦਾ ਹੈ ਕੰਪਿਊਟਰ ਦਾ। PC ਪ੍ਰਾਈਮਰਲੀ ਯੂਜ ਮਾਈਕਰੋ ਪ੍ਰੋਸੈਸਰ, ਸਮ ਟਾਈਮ ਕਾਲ ਦੀ ਚਿਪ, ਇੱਕ ਛੋਟੀ ਜਿਹੀ ਚਿਪ ਹੁੰਦੀ ਹੈ ਜੋ ਕਿ ਤੁਹਾਡੇ ਕੰਪਿਊਟਰ ਦੇ CPU ਦੇ ਵਿੱਚ ਲੱਗੀ ਹੁੰਦੀ ਹੈ, ਬਹੁਤ ਹੀ ਛੋਟੀ ਚਿਪ ਹੁੰਦੀ ਹੈ, ਬਟ ਜਿਹੜਾ ਇਹ ਬ੍ਰੇਨ ਹੈ ਕੰਪਿਊਟਰ ਦਾ ਜੋ ਕਿ ਸਾਰਾ ਵਰਕ ਕਰਦਾ। ਦੀ ਓਲਡਰ ਵਰਜ਼ਨ ਇਨਕਲੂਡ, ਕਾਫੀ ਜਿਹੜੇ ਪੁਰਾਣੇ ਵਰਜ਼ਨ ਸੀ ਉਹਦੇ ਵਿੱਚ ਇਨਕਲੂਡ ਹੈ, 386, 486 ਐਂਡ ਨਾਓ ਦੀ ਪੈਂਟੀਅਮ ਲਾਈਨ, ਬਟ ਹੁਣ ਜੋ ਆ ਗਏ ਨੇ ਪ੍ਰੋਸੈਸਰ i3 ਆ ਗਿਆ ਆ, ਪੈਂਟੀਅਮ ਲਾਈਨ ਤੋਂ ਬਾਅਦ ਵਿੱਚ ਜੋ ਆਏ ਨੇ ਡਿਊਲ ਕੋਰ ਆਇਆ ਸੀ, ਪੈਂਟੀਅਮ 4 ਤੋਂ ਬਾਅਦ ਡਿਊਲ ਕੋਰ ਕੋਡਿਓ i3, i5, i7 ਐਕਸੈਟਰਾ ਜੋ ਆ ਰਹੇ ਨੇ ਹੁਣ। CPU ਇਜ਼ ਨੋਰਮਲੀ ਇਹ ਇੰਟਲ ਪੈਂਟੀਅਮ ਇਕੁਐਲਟ ਐਂਡ ਇਟ ਇਜ਼ 1 ਆਫ ਦੀ ਮੋਸਟ ਇੰਪੋਰਟੈਂਟ ਕੰਪੋਨੈਂਟ ਵਿਦ ਇਨ ਯੂਅਰ ਕੰਪਿਊਟਰ। ਜਾਂ CPU ਹੈ ਉਹ ਇੱਕ ਨੋਰਮਲੀ ਹੈ, ਕਦੇ ਇੱਕ ਪੈਂਟੀਅਮ ਹੈ, ਇਟ ਇਜ਼ 1 ਆਫ ਦੀ ਇੱਕ ਬਹੁਤ ਹੀ ਇੰਪੋਰਟੈਂਟ ਆ ਜਿਹੜਾ ਆ ਕੰਪੋਨੈਂਟ ਆ ਵਿਦ ਇਨ ਯੂਅਰ ਕੰਪਿਊਟਰ ਦੇ ਨਾਲ, ਇਹ ਤੁਹਾਡਾ CPU ਹੈ ਜਿਹੜਾ ਇੱਕ
ਕੰਪੋਨੈਂਟ ਆ ਤੁਹਾਡੇ ਕੰਪਿਊਟਰ ਦੇ ਨਾਲ। ਇਟ ਡਿਟਰਮਾਈਨ ਹਾਓ ਫਾਸਟ ਯੂਅਰ ਕੰਪਿਊਟਰ, ਇਹ ਸਿੱਧ ਕਰਦਾ ਕਿ ਕਿੱਦਾਂ ਆ ਜਿਹੜਾ ਫਾਸਟ ਹੋ ਸਕਦਾ ਤੁਹਾਡਾ ਕੰਪਿਊਟਰ। ਵਿਲ ਰਨ ਐਂਡ ਇਜ਼ ਮੇਅਰ ਬਾਈ ਇਟ ਇਜ਼ ਮੈਗਾਹਾਈਟ ਸਪੀਡ। ਦਸ ਇਹ 600 ਮੈਗਾਹਾਈਟਸ ਪੈਂਟੀਅਮ ਇਜ਼ ਮੰਚ ਫਾਸਟਰ ਦੇ 400 ਮੈਗਾ, ਜੋ 600 ਮੈਗਾਹਾਈਟਸ ਆ ਉਹ ਜਿਹੜਾ ਆ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਆ, ਫਾਸਟਿੰਗ ਵਰਕਿੰਗ ਹੁੰਦੀ ਆ ਉਹਦੀ 400 ਮੈਗਾਹਾਈਟਸ ਸੀ ਪੀ ਯੂ ਦੇ ਨਾਲ। ਇਟ ਇਜ਼ ਦੀ ਸੀ ਪੀ ਯੂ ਦੈਟ ਪਰਫੋਰਮ ਆਲ ਦੀ ਕੈਲਕੂਲੇਸ਼ਨ ਵਿਦ ਇਨ ਦੀ ਕੰਪਿਊਟਰ, ਜੋ ਸੀ ਪੀ ਯੂ ਹੁੰਦਾ ਆ ਪਰਫੋਰਮ ਕਰਦਾ ਅਤੇ ਕੈਲਕੂਲੇਸ਼ਨ ਕਰ ਲੈਂਦਾ ਆ ਕੰਪਿਊਟਰ ਦੇ ਨਾਲ। ਨੈੱਟਵਰਕਿੰਗ ਇਨਫੋਰਮੇਸ਼ਨ ਨੈੱਟਵਰਕਿੰਗ, ਨੈੱਟਵਰਕਿੰਗ ਕੀ ਹੁੰਦਾ ਆ? ਨੈੱਟਵਰਕਿੰਗ ਹੁੰਦਾ ਹੈ ਕੁਲੈਕਸ਼ਨ ਆਫ ਕੰਪਿਊਟਰਸ, ਲੈਨ, ਮੈਨ, ਜੋ ਤੁਹਾਨੂੰ ਮੈਂ ਐਕਸਪਲੇਨ ਕਰਨ ਜਾ ਰਿਹਾ। 3 ਟਾਈਪਸ ਦੀ ਨੈੱਟਵਰਕਿੰਗ ਆ, ਲੈਨ, ਮੈਨ, ਵੈਨ। ਫਸਟ ਆਫ ਆਲ ਲੈਨ, ਲੋਕਲ ਏਰੀਆ ਨੈੱਟਵਰਕ, ਜਿਹਦੀ ਕਿ ਫੁੱਲ ਫੋਰਮ ਹੈ। ਇਹ ਲੋਕਲ ਏਰੀਆ ਨੈੱਟਵਰਕ ਇਜ਼ ਸਿਸਟਮ ਵੇਅਰ ਬਾਏ ਇੰਡੀਵਿਜੁਅਲ ਪੀ ਸੀ ਆਰ ਕੁਨੈਕਟਡ ਟੂਗੈਦਰ ਵਿਦ ਇਨ ਏ ਕੰਪਨੀ ਔਰ ਔਰਗੇਨਾਈਜੇਸ਼ਨ। ਇੱਕ ਲੋਕਲ ਏਰੀਆ ਨੈੱਟਵਰਕ ਸਿਸਟਮ ਹੁੰਦਾ ਹੈ ਜਿਹੜਾ ਕਿ ਇੱਕ ਇੰਡੀਵਿਜੁਅਲ ਪੀ ਸੀ ਹੋ ਸਕਦਾ ਤੁਹਾਡਾ, ਜਿਹੜਾ ਕਿ ਕਨੈਕਟਡ ਹੁੰਦਾ ਇੱਕ ਕੰਪਨੀ ਦੇ ਨਾਲ ਜਾਂ ਇੱਕ ਔਰਗੇਨਾਈਜੇਸ਼ਨ ਦੇ ਨਾਲ। ਹੁਣ ਸਪੋਜ਼ ਕਰੋ ਤੁਸੀਂ ਇੱਕ ਸਾਡਾ ਸਕੂਲ ਹੈ ਜਾਂ ਸਾਡੇ ਘਰ ਦੇ ਵਿੱਚ ਕੰਪਿਊਟਰ ਲੱਗੇ ਹੁੰਦੇ ਨੇ, ਉਹ ਸਿਰਫ ਲੋਕਲ ਹੁੰਦੇ ਨੇ, ਲੋਕਲ ਹੀ ਯੂਜ਼ ਕਰ ਸਕਦੇ ਹਾਂ ਅਸੀਂ। ਮੈਨ ਇੱਕ ਵਾਈਡ ਏਰੀਆ ਨੈੱਟਵਰਕ, ਐਸ ਦੀ ਨੇਮ ਇੰਪਲਾਈਜ਼ ਅਲਾਓ ਯੂ ਟੂ ਕਨੈਕਟ ਅਦਰ ਕੰਪਿਊਟਰ ਓਵਰ ਏ ਵਾਈਡ ਏਰੀਆ। ਐਗਜ਼ਾਮਪਲ ਕੇਬਲ ਤਾਰ, ਫਾਸਟ ਵੇ ਇੱਕ ਵਾਈਡ ਏਰੀਆ ਨੈੱਟਵਰਕ ਆ ਜਿਹੜਾ ਨੇਮ ਤੋਂ ਹੀ ਸਾਨੂੰ ਅਲਾਓ ਕਰਦਾ ਕਿ ਕੁਨੈਕਟਡ ਹੁੰਦੇ ਨੇ ਅਦਰਸ ਕੰਪਿਊਟਰ। ਯੂਜ਼ ਆਫ ਨੈੱਟਵਰਕ, ਇਟ ਇਫ ਦੈਨ ਪੀਪਲਸ ਆਰ ਵਰਕਿੰਗ ਟੂਗੈਦਰ ਵਿਦ ਇਨ ਏ ਆਫਿਸ ਇਟ ਮੇਕ ਸੈਂਸ ਫਾਰ ਦੈਮ ਆਲ ਟੂ ਬੀ ਕਨੈਕਟਡ। ਬਹੁਤ ਸਾਰੇ ਪੀਪਲਸ ਨੇ ਜਿਹੜੇ ਇਕੱਠੇ ਹੀ ਕੰਮ ਕਰਦੇ ਨੇ ਇੱਕ ਆਫਿਸ ਵਿੱਚ, ਜਿਹੜੇ ਕਿ ਬਣਾਉਂਦੇ ਨੇ ਆਪਣੀ ਸੈਂਸ ਫਾਰ ਦੀ ਦੈਮ ਆਲ ਟੂ ਬੀ ਕਨੈਕਟਡ। ਹੁਣ ਐਗਜ਼ਾਮਪਲ ਤੁਹਾਨੂੰ ਮੈਂ ਦੇਣ ਲੱਗਾ, ਫੇਸਬੁੱਕ, ਵਟਸਐਪ, ਸਕਾਈਪ, ਇਹ ਸਭ ਕੁਝ ਅਸੀਂ ਕਿੰਨੇ ਸਾਰੇ ਕਸਟਮਰ ਦੇ ਨਾਲ ਅਸੀਂ ਚੈਟਿੰਗ ਕਰਦੇ ਹਾਂ ਆਪਣੇ ਫਰੈਂਡਸ ਦੇ ਨਾਲ, ਇਹ ਸਭ ਕੁਝ ਜੋ ਡਿਪੈਂਡਿੰਗ ਹੈ ਇੱਕ ਨੈੱਟਵਰਕਿੰਗ ਦਾ, ਇਹ ਸਾਰਾ ਹੀ ਵਰਕ ਹੈ ਜੋ ਹੁੰਦਾ ਹੈ ਨੈੱਟਵਰਕਿੰਗ ਦੇ ਨਾਲ ਹੁੰਦਾ। ਇਨ ਦਿਸ ਵੇ ਦੀ ਆਫਿਸ ਕੈਨ ਹੈਵ ਏ ਸਿੰਗਲ ਪ੍ਰਿੰਟਰ ਐਂਡ ਆਲ 10 ਪੀਪਲ ਕੈਨ ਪ੍ਰਿੰਟ ਟੂ ਇਟ। ਇਸ ਫਿਰ ਹੁੰਦੇ ਜੋ ਆਫਿਸ ਦੇ ਵਿੱਚ ਹੈ ਜੋ ਕਿ ਇੱਕ ਸਿੰਗਲ ਪ੍ਰਿੰਟਰ ਹੈ, ਉਹਦੇ ਤੋਂ ਬਹੁਤ ਸਾਰੇ ਪੀਪਲਸ ਨੇ ਜਿਹੜੇ ਉਹ ਪ੍ਰਿੰਟ ਵੀ ਕਰ ਸਕਦੇ ਨੇ, ਸਿਰਫ ਕਮਾਂਡ ਦੇਣੀ ਪੈਂਦੀ ਹੈ ਸਾਨੂੰ ਆਪਣੇ ਕੀਬੋਰਡ ਤੋਂ। ਹੁਣ ਤੁਸੀਂ ਸਪੋਜ਼ ਕਰੋ ਆਪਣੇ ਕੰਪਨੀ ਵਿੱਚ ਬੈਠੇ ਹੋਏ ਹੋ ਜਾਂ ਆਪਣੇ ਤੁਸੀਂ ਘਰ ਵਿੱਚ ਬੈਠੇ ਹੋਏ ਹੋ, ਅਤੇ ਤੁਸੀਂ ਜੋ ਪ੍ਰਿੰਟਰ ਹੈ, ਅਗਰ ਤੁਸੀਂ ਨੈੱਟਵਰਕਿੰਗ ਕੀਤੀ ਹੋਈ ਹੈ, ਪ੍ਰਿੰਟਰ ਹੈ ਜੋ ਉਹ ਤੁਹਾਡੇ ਘਰ ਵਿੱਚ ਹੈ ਬਟ ਤੁਸੀਂ ਆਪਣੀ ਸ਼ੋਪ 'ਤੇ ਬੈਠੇ ਹੋਏ ਹੋ ਜੋ ਕਿ ਤੁਹਾਡੇ ਘਰ ਤੋਂ 2 ਕਿਲੋਮੀਟਰ ਦੂਰ ਹੈ, ਤੁਸੀਂ ਉੱਥੋਂ ਕਮਾਂਡ ਦੇ ਦਿਓਗੇ ਔਰ ਜੋ ਪ੍ਰਿੰਟਰ ਹੈ ਉਹ ਆਟੋਮੈਟਿਕ ਹੈ ਜੋ ਪ੍ਰਿੰਟ ਕੱਢ ਦੇਵੇਗਾ। ਸਿਰਫ ਤੁਹਾਨੂੰ ਕਮਾਂਡ ਦੇ, ਸਭ ਕੁਛ ਨੈੱਟਵਰਕਿੰਗ ਦੀ ਹੈਲਪ ਦੇ ਨਾਲ ਹੁੰਦਾ। ਇਨ ਏ ਸਿਮਿਲਰ ਵੇ ਅਦਰ ਡਿਵਾਈਸ ਸੱਚ ਐਜ਼ ਮੋਡਮ ਔਰ ਸਕੈਨਰ ਕੈਨ ਬੀ ਸ਼ੇਅਰ। ਮੋਡਮ, ਜੇਕਰ ਤੁਸੀਂ ਨੈੱਟਵਰਕਿੰਗ ਇੰਟਰਨੈੱਟ ਤੁਹਾਡੇ ਘਰ ਵਿੱਚ ਲੱਗਿਆ ਹੋਇਆ, ਕੁਝ ਡਿਵਾਈਸਿਸ ਹੁੰਦੀਆਂ ਜਿਹਦੇ ਨਾਲ ਅਸੀਂ ਵਰਕ ਕਰ ਸਕਦੇ ਹਾਂ। ਇੱਕ ਮੋਡਮ ਹੁੰਦਾ ਬ੍ਰੋਡਬੈਂਡ ਜਦੋਂ ਅਸੀਂ ਲਗਾਉਂਦੇ ਹਾਂ BSNL ਭਾਰਤੀ ਸੰਚਾਰ ਨਗਰ ਨਿਗਮ ਲਿਮਿਟਡ। ਸੋ ਸਕੈਨਰ ਵੀ ਅਸੀਂ ਉਹਦੇ ਨਾਲ ਸ਼ੇਅਰ ਕਰ ਸਕਦੇ ਹਾਂ, ਮੋਡਮ ਹੈ ਜਿਹੜਾ ਉਹਦੇ ਨਾਲ ਸਭ ਕੁਛ ਵਰਕਿੰਗ ਹੈ ਜਿਹੜੀ ਉਹ ਅਸੀਂ ਸ਼ੇਅਰ ਵੀ ਕਰ ਸਕਦੇ ਹਾਂ। ਈਵਨ ਮੋਰ ਯੂਜ਼ਫੁੱਲ ਇਜ਼ ਦੀ ਅਬਿਲਿਟੀ ਟੂ ਸ਼ੇਅਰ ਇਨਫੋਰਮੇਸ਼ਨ ਵੈਨ ਕਨੈਕਟਡ ਟੂ ਏ ਨੈੱਟਵਰਕ। ਬਹੁਤ ਹੀ ਯੂਜ਼ਫੁੱਲ ਹੈ ਇੱਕ ਅਬਿਲਿਟੀ ਹੈ ਜਿਹੜੀ ਕਿ ਸ਼ੇਅਰ ਕਰ ਸਕਦੀ ਹੈ ਇਨਫੋਰਮੇਸ਼ਨ ਜਦੋਂ ਤੁਸੀਂ ਕਨੈਕਟਡ ਕਰ ਲੈਂਦੇ ਹੋ ਨੈੱਟਵਰਕ ਨੂੰ। PC8 ਯੂਜ਼ ਆਫ, ਅਸੀਂ ਕੰਪਿਊਟਰ ਨੂੰ ਕਿੱਦਾਂ ਕਿੱਦਾਂ ਅਤੇ ਕਿੱਥੇ ਯੂਜ਼ ਕਰ ਸਕਦੇ ਹਾਂ। PC8 ਹੋਮ, ਅਸੀਂ ਆਪਣੇ ਘਰ ਵਿੱਚ ਕੰਪਿਊਟਰ ਨੂੰ, ਪਰਸਨਲ ਕੰਪਿਊਟਰ ਹੈ ਜੋ ਸਾਡਾ, ਉਸ ਨੂੰ ਅਸੀਂ ਕਿੱਦਾਂ ਯੂਜ਼ ਕਰਦੇ ਹਾਂ। ਕੋਮਨ ਯੂਜ਼ ਫਾਰ ਦੀ ਕੰਪਿਊਟਰ ਵਿਦ ਇਨ ਦੀ ਹੋਮ, ਇੱਕ ਆਮ ਯੂਜ਼ਰ ਯੂਜ਼ ਕਰਦੇ ਹਾਂ ਅਸੀਂ ਕੰਪਿਊਟਰਾਂ ਦੇ ਘਰਾਂ ਵਿੱਚ ਆਪਣੇ ਕੰਪਿਊਟਰ ਨੂੰ, ਕੰਪਿਊਟਰ ਗੇਮ ਖੇਡਣ ਵਾਸਤੇ, ਅਸੀਂ ਆਪਣੀ ਇੰਜੋਇਮੈਂਟ ਕਰਨ ਵਾਸਤੇ। ਵਰਕਿੰਗ ਫਰੋਮ ਹੋਮ, ਘਰ ਦਾ ਕੰਮ ਜੋ ਕਿ ਅਸੀਂ ਘਰ ਵਿੱਚ ਹੀ ਕਰ ਸਕਦੇ ਹਾਂ ਆਪਣੇ ਕੰਪਿਊਟਰ ਤੋਂ। ਬੈਂਕਿੰਗ ਫਰੋਮ ਹੋਮ,
ਅਸੀਂ ਬੈਂਕ ਦਾ ਕੰਮ ਹੈ ਜੋ ਉਹ ਕਰ ਸਕਦੇ ਹਾਂ ਆਪਣੇ ਘਰ ਵਿੱਚੋਂ ਬੈਠੇ ਔਨਲਾਈਨ ਕਨੈਕਟਿੰਗ ਟੂ ਦੀ ਵੈਬ ਅਸੀਂ ਵੈਬਸਾਈਟ ਦੇ ਨਾਲ ਕਨੈਕਟਡ ਕਰ ਸਕਦੇ ਹਾਂ। ਐਗਜ਼ਾਮਪਲ ਤੁਹਾਨੂੰ ਮੈਂ ਦੇਣ ਜਾ ਰਿਹਾ ਹੁਣ, ਕੋਈ ਵੈਬਸਾਈਟ ਆ ਤੁਸੀਂ ਆਪਣੇ ਘਰ ਵਿੱਚ ਔਨਲਾਈਨ ਉਹਦੀ ਇਨਫੋਰਮੇਸ਼ਨ ਦੇਖਣਾ ਚਾਹੁੰਦੇ ਹੋ, ਕੋਈ ਗੌਰਮੈਂਟ ਜੋਬ ਦੇਖਣਾ ਚਾਹੁੰਦੇ ਹੋ, ਕੁਝ ਪ੍ਰੋਡਕਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਸ਼ੋਪ 'ਤੇ ਜਾਈਏ ਉੱਥੇ ਅਸੀਂ ਟਾਈਮ ਵੇਸਟ ਕਰੀਏ ਆਪਣਾ, ਅਸੀਂ ਚੂਜ਼ ਕਰੀਏ। ਸੋ ਜਿੰਨਾ ਟਾਈਮ ਤੁਹਾਨੂੰ ਆਪਣੇ ਘਰ ਤੋਂ ਮਾਰਕੀਟਿੰਗ ਵਿੱਚ ਜਾਣ ਲਈ ਲੱਗਣਾ, ਉਹ ਤੁਸੀਂ ਸਿਰਫ 2 ਮਿੰਟ ਵਿੱਚ ਨੈੱਟਵਰਕਿੰਗ ਦੀ ਹੈਲਪ ਦੇ ਨਾਲ, ਅਗਰ ਤੁਸੀਂ ਇੰਟਰਨੈੱਟ ਅਵੇਲੇਬਲ ਹੈ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਆਫਿਸ ਵਿੱਚ ਜਾਂ ਸ਼ੋਪਿੰਗ ਵਿੱਚ ਕਿਤੇ ਵੀ ਤੁਸੀਂ ਬੈਠੇ ਹੋ, ਅਗਰ ਤੁਸੀਂ ਇੰਟਰਨੈੱਟ ਦੇ ਨਾਲ ਕਨੈਕਟਡ ਹੋ ਆਪਣੇ ਮੋਬਾਈਲ ਤੋਂ ਵੀ, ਤੁਸੀਂ ਜੋ ਵੈਬਸਾਈਟ ਹੈ ਉਹ ਤੁਸੀਂ ਓਪਨ ਕਰ ਸਕਦੇ ਹੋ। ਸਿਰਫ ਤੁਹਾਨੂੰ ਵੈਬਸਾਈਟ ਦਾ ਨਾਮ ਪਤਾ ਹੋਣਾ ਚਾਹੀਦਾ ਕਿ ਅਸੀਂ ਇਸ ਵੈਬਸਾਈਟ ਤੋਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹਾਂ, ਕੋਈ ਪ੍ਰੋਡਕਟ ਬਾਏ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਆਪਣੇ ਮੋਬਾਈਲ ਤੋਂ ਆਪਣੇ ਕੰਪਿਊਟਰ ਤੋਂ ਉਸ ਵੈਬਸਾਈਟ ਦਾ ਨਾਮ ਐਂਟਰ ਕਰਕੇ ਕੁਛ ਲੌਗਇਨ ਕਰਨਾ ਪੈਂਦਾ ਸਾਨੂੰ, ਕੁਝ ਟਰਮ ਐਂਡ ਕੰਡੀਸ਼ਨਾਂ ਹੁੰਦੀਆਂ ਨੇ, ਉਹਨਾਂ ਨੂੰ ਫਾਲੋ ਕਰਕੇ ਅਸੀਂ ਕੁਝ ਵੀ ਪ੍ਰੋਡਕਟ ਜਿਹੜਾ ਉਹ ਬਾਏ ਕਰ ਸਕਦੇ ਹਾਂ। ਕੰਪਿਊਟਰ ਇਨ ਡੇਲੀ ਲਾਈਫ, ਜੋ ਕੰਪਿਊਟਰ ਹੈ ਸਾਡੀ ਡੇਲੀ ਦੀ ਰੋਜ਼ਾਨਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕੰਮ ਆ ਜਿਹੜਾ ਆਉਂਦਾ ਆ, ਉਹ ਕਿੱਦਾਂ ਕੰਮ ਆਉਂਦਾ ਉਹ ਐਕਸਪਲੇਨ ਕੀਤਾ ਹੋਇਆ ਸੀ। ਅਕਾਊਂਟੈਂਟ ਆ, ਇੱਕ ਅਕਾਊਂਟੈਂਟ ਆ ਜਿਹੜਾ ਕਿਸੇ ਕੰਪਨੀ ਵਿੱਚ ਵਰਕ ਕਰਦਾ, ਬੈਂਕਿੰਗ ਦੇ ਵਿੱਚ ਕੰਮ ਕਰਦਾ ਆ, ਉਹ ਸਾਰਾ ਹੀ ਅਕਾਊਂਟ ਆ ਜਿਹੜਾ ਉਹ ਆਪਣੇ ਕੰਪਿਊਟਰ ਤੋਂ ਜਿਹੜਾ ਆ ਦੇਖ ਸਕਦਾ, ਕਿੰਨੇ ਯੂਜ਼ਰ ਨੇ, ਕਿੰਨੇ ਕਸਟਮਰ ਆਏ, ਕਿੰਨੇ ਪੈਸੇ ਕਢਵਾਏ, ਕਿੰਨੇ ਵਿਦਡਰਾ ਹੋਇਆ, ਕਿਹਨਾਂ ਨੇ ਡਿਪੋਜ਼ਿਟ ਕਰਵਾਏ ਨੇ ਪੈਸੇ, ਕਿਹਨਾਂ ਨੇ ਟ੍ਰਾਂਸਫਰ ਕਰਵਾਇਆ ਇਹ ਪੈਸਾ, ਸਭ ਕੁਛ। ਗੇਮ ਖੇਡ ਸਕਦੇ ਹਾਂ ਅਸੀਂ, ਐਜੂਕੇਸ਼ਨਲ, ਅਸੀਂ ਉਹ ਤੋਂ ਸਟੱਡੀ ਵੀ ਕਰ ਸਕਦੇ ਹਾਂ ਆਪਣੇ ਕੰਪਿਊਟਰ ਤੋਂ। ਔਨਲਾਈਨ ਬੈਂਕਿੰਗ, ਅਸੀਂ ਔਨਲਾਈਨ ਬੈਂਕਿੰਗ ਵੀ ਕਰ ਸਕਦੇ ਹਾਂ। ਸਮਾਰਟ ਆਈ ਡੀ ਕਾਰਡ ਵੀ ਅਸੀਂ ਯੂਜ਼ ਕਰ ਸਕਦੇ ਹਾਂ ਆਪਣੇ ਵੈਬਸਾਈਟ, ਅਗਰ ਸਾਨੂੰ ਜਿਹੜੀ ਵਰਕਿੰਗ ਕਰਨੀ ਆਉਂਦੀ ਆ ਸੁਪਰ ਮਾਰਕੀਟ, ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਐਕਸਪਲੇਨ ਕਰ ਚੁੱਕਾ ਹਾਂ, ਸ਼ੋਪਿੰਗ ਸਾਈਟ ਪ੍ਰੋਡਕਟ ਕੋਈ ਬਾਏ ਕਰਨਾ ਚਾਹੁੰਦੇ ਹੋ, ਵਰਕਿੰਗ ਫਰੋਮ ਹੋਮ, ਟੈਲੀਵਰਕਿੰਗ, ਇੰਟਰਨੈੱਟ, ਵਾਇਰਸ, ਵਾਟ ਆਰ ਕੰਪਿਊਟਰ ਵਾਇਰਸ? ਵਾਇਰਸ ਦੇ ਨਾਲ ਜਦੋਂ ਤੁਸੀਂ ਕੋਈ, ਅਗਰ ਤੁਹਾਡੀ ਪ੍ਰੋਬਲਮ, ਤੁਸੀਂ ਕਹਿੰਦੇ ਹੋ ਸਾਡੀ ਕੰਪਿਊਟਰ ਵਿੱਚ ਵਾਇਰਸ ਆ ਗਿਆ, ਸਾਡੀ ਵਿੰਡੋਜ਼ ਜਿਹੜੀ ਉਹ ਕਰਪਟ ਹੋ ਗਈ ਆ, ਕੁਝ ਫਾਈਲ ਹੋ ਗਈ, ਬਟ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਵਾਇਰਸ ਆ ਕਿੱਦਾਂ ਗਿਆ। ਵਾਇਰਸ ਇੱਕ ਬਹੁਤ ਹੀ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਕਿ ਹਾਈਡ ਹੁੰਦਾ ਹੈ, ਬਟ ਸਾਨੂੰ ਸ਼ੋਅ ਨਹੀਂ ਹੁੰਦਾ, ਉਹ ਸਾਡੀ ਕੰਪਿਊਟਰ ਦੀ ਡਿਸਕ ਦੇ ਵਿੱਚ ਵੀ ਹੋ ਸਕਦਾ ਅਤੇ ਹਾਰਡ ਡਿਸਕ ਦੇ ਵਿੱਚ ਵੀ ਹੋ ਸਕਦਾ ਹੈ, ਬਟ ਸਾਨੂੰ ਉਹ ਸ਼ੋਅ ਨਹੀਂ ਹੁੰਦਾ ਕਿ ਇਹ ਕੀ ਚੀਜ਼ ਹੈ। ਅਨਲੈਸ ਯੂ ਯੂਜ਼ ਵਾਇਰਸ ਡਿਟੈਕਸ਼ਨ ਸੋਫਟਵੇਅਰ ਦੀ ਫਸਟ ਟਾਈਮ ਦੈਟ ਯੂ ਨੋ ਦੈਟ ਯੂ ਹੈਵ ਏ ਵਾਇਰਸ ਇਜ਼ ਵੈਨ ਇਟ ਐਕਟੀਵੇਟ। ਜਿਹੜਾ ਵਾਇਰਸ ਹੁੰਦਾ ਆ ਉਹ ਡਿਟੈਕਟ ਹੁੰਦਾ ਕਿਸੇ ਸੋਫਟਵੇਅਰ ਦੇ ਨਾਲ, ਜੋ ਅਸੀਂ ਰੋਕ ਸਕਦੇ ਹਾਂ ਉਸਨੂੰ ਅਸੀਂ ਰਿਮੂਵ ਕਰ ਸਕਦੇ ਹਾਂ ਇੱਕ ਸੋਫਟਵੇਅਰ ਦੀ ਹੈਲਪ ਦੇ ਨਾਲ। ਅਗਰ ਤੁਸੀਂ ਜਾਣ ਲੈਂਦੇ ਹੋ ਕਿ ਸਾਡੇ ਕੰਪਿਊਟਰ ਵਿੱਚ ਵਾਇਰਸ ਹੈਗਾ ਅਤੇ ਤੁਸੀਂ ਉਸਨੂੰ ਸੋਫਟਵੇਅਰ ਨੂੰ, ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ, ਅਗਰ ਤੁਸੀਂ ਕਹਿੰਦੇ ਹੋ ਕਿ ਨਹੀਂ ਸਾਡੇ ਕੰਪਿਊਟਰ ਵਿੱਚ ਅਸੀਂ ਵਾਇਰਸ ਜਿਹੜਾ ਆ ਉਹ ਕੱਢਣਾ ਚਾਹੁੰਦੇ ਹਾਂ ਆਪਣੇ ਮੈਮਰੀ ਕਾਰਡ ਵਿੱਚੋਂ, ਪੈਨ ਡਰਾਈਵ ਦੇ ਵਿੱਚੋਂ ਵਾਇਰਸ ਅਸੀਂ ਰਿਮੂਵ ਕਰਨਾ ਚਾਹੁੰਦੇ ਹਾਂ, ਕੁਝ ਡਿਸਕ ਹੁੰਦੀਆਂ ਨੇ ਜੋ ਕਾਫੀ ਕੰਪਨੀ ਵਾਲੇ ਜਿਹੜੇ ਪ੍ਰੋਵਾਈਡ ਕਰਦੇ ਨੇ, ਉਹਦੀ ਹੈਲਪ ਦੇ ਨਾਲ ਅਸੀਂ ਅਗਰ ਉਹ ਐਕਟੀਵੇਟ ਕੀਤੀਆਂ ਹੋਈਆਂ ਨੇ, ਇੰਸਟਾਲ ਕੀਤੀਆਂ ਹੋਈਆਂ ਨੇ ਆਪਣੇ ਕੰਪਿਊਟਰ ਵਿੱਚ, ਉਹਦੇ ਨਾਲ ਅਸੀਂ ਰਿਮੂਵ ਜਿਹੜਾ ਉਹ ਵਾਇਰਸ ਜਿਹੜਾ ਉਹ ਕਰ ਸਕਦੇ ਹਾਂ। ਡਿਫਰੈਂਟ ਵਾਇਰਸ ਆਰ ਐਕਟੀਵੇਟਡ ਹੁੰਦੇ ਨੇ ਡਿਫਰੈਂਟ ਡਿਫਰੈਂਟ ਵੇ ਵਿੱਚ। ਸੋ ਥੈਂਕ ਯੂ, ਸੋ ਥੈਂਕਸ।